ഒക്കെ വക്കീല് പാക്കിഷേക്കിലായി ജാറേനെ ഓ ബേജാ ബേജാ കടാക്കോന അസി ഗല്ലുബാതി കർണായ ਕੋਈ ਗੋਲੀ ਤਾਂ ਨਹੀਂ ਮਾਰਨਾ ਹੈ ਵੈਸੇ ਜੇ ਗੱਲ ਖਾਨੇ ਨਾ ਪਵੇ ਤਾਂ ਬਚ ਵੀ ਸਕਦੀ ਆ ਤੁਸੀਂ ਕੌਣ ਚੱਲਦੀਆਂ ਫਿਰਦੀਆਂ ਅਦਾਲਤਾਂ ਜਿਹੜੀਆਂ ਦੋਵੇਂ ਤਰੀਕੇ ਨਾਲ ਫੈਸਲਾ ਕਰਦੀਆਂ ਨੇ ਪਿਆਰ ਨਾਲ ਜਾਂ ਹਥਿਆਰ ਨਾਲ ਵਿਕਰਮ ਸਿੰਘ ਬਾਜਵਾ ਨੂੰ ਜਾਣਦਾ ਹਾਂ ਜਾਣਦਾ ਉਹਦੇ ਕੇਸ ਚੋਂ ਪਿਆਰ ਨਾਲ ਪਾਸੇ ਹਟ ਜਾ ਨਹੀਂ ਫਿਰ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰੂੰਗਾ ਪਰ ਗੱਲ ਕੱਲੀ ਮੇਰੇ ਪਿੱਛੇ ਹਟਣ ਦੀ ਨਹੀਂ ਮੇਰੀ ਥਾਂ 'ਤੇ ਕੋਈ ਹੋਰ ਵਕੀਲ ਆ ਜਾਣਾ ਜੀ ਸਾਰੀ ਗੱਲ ਪੱਤਰਕਾਰ ਦੀ ਗਵਾਹੀ 'ਤੇ ਖੜੀ ਹੈ ਸਤਿ ਸ਼੍ਰੀ ਅਕਾਲ ਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ ਥੋੜ੍ਹੇ ਹੀ ਸਮੇਂ ਵਿੱਚ ਇਸ ਕਿਤਾਬ ਦਾ ਤੀਜਾ ਐਡੀਸ਼ਨ ਜਾਰੀ ਹੋਇਆ ਲੇਖਕ ਦੇ ਤੌਰ 'ਤੇ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਸਫਲ ਮੰਨਦੇ ਹੋ ਦੇਖੋ ਜੀ ਪਾਠਕਾਂ ਦਾ ਇੰਨਾ ਪਿਆਰ ਦੇਖ ਕੇ ਚੰਗਾ ਤਾਂ ਬਹੁਤ ਲੱਗ ਰਿਹਾ ਪਰ ਲੇਖਕ ਦੇ ਤੌਰ 'ਤੇ ਕਿੰਨਾ ਕੁ ਸਫਲ ਹੋ ਪਾਇਆ ਫਿਲਹਾਲ ਇਸ ਬਾਰੇ ਹਾਲੇ ਕੁਛ ਨਹੀਂ ਕਹਿ ਸਕਦਾ ਪਰ ਹਾਂ ਜਿਸ ਮਕਸਦ ਨੂੰ ਲੈ ਕੇ ਇਹ ਕਿਤਾਬ ਲਿਖੀ ਗਈ ਸੀ ਉਸ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਕਾਮਯਾਬ ਜ਼ਰੂਰ ਹੋਇਆ ਕਿਤਾਬ ਤੋਂ ਹਟ ਕੇ ਇੱਕ ਸਵਾਲ ਹੈ ਤੁਸੀਂ ਬਿਕਰਮ ਸਿੰਘ ਬਾਜਵਾ ਦੇ ਇੰਨੇ ਪਿੱਛੇ ਕਿਉਂ ਪਏ ਪਿੱਛੇ ਪੈਣ ਨੂੰ ਜੀ ਨਾ ਤਾਂ ਮੈਂ ਪੁਲਿਸਾਂ ਅਤੇ ਨਾ ਹੀ ਕੋਈ ਗੁੰਡਾ ਮੈਂ ਤਾਂ ਸਿਰਫ ਆਪਣਾ ਫਰਜ਼ ਨਿਭਾ ਰਿਹਾ ਮੇਰੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ਼ ਨਹੀਂ ਹਾਂ ਮੈਂ ਤਾਂ ਹਰ ਉਸ ਵਿਅਕਤੀ ਦੇ ਖਿਲਾਫ਼ ਹਾਂ ਜਿਹਦੇ ਤੋਂ ਸਾਡੇ ਸਮਾਜ ਅਤੇ ਜਵਾਨੀ ਨੂੰ ਖਤਰਾ ਹੈ ਅਤੇ ਜਿਹਦੇ ਤੋਂ ਸਾਨੂੰ ਖਤਰਾ ਹੈ ਅਤੇ ਉਸ ਖਿਲਾਫ਼ ਆਵਾਜ਼ ਚੁੱਕਣਾ ਸਿਰਫ ਮੇਰਾ ਨਹੀਂ ਤੁਹਾਡੀ ਸਾਰਿਆਂ ਦੀ ਕਲਮ ਦਾ ਫਰਜ਼ ਬਣਦਾ ਹੈ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ ਪਰ ਤੁਸੀਂ ਸੁਰੱਖਿਆ ਲੈਣ ਤੋਂ ਮਨਾ ਕਿਉਂ ਕਰਦੇ ਹੋ ਜਦੋਂ ਖੰਜਰਾਂ ਦੀ ਤੁਰ ਪਏ ਫਿਰ ਜ਼ਖਮਾਂ ਦਾ ਕੀ ਡਰ ਨਾਲੇ ਸੱਚ ਝੂਠ ਦਾ ਨਿਤਾਰਾ ਤਾਂ ਅਦਾਲਤ ਨੇ ਕਰਨਾ ਮੈਂ ਤਾਂ ਸਿਰਫ ਇੱਕ ਜ਼ਰੀਆ ਅੱਜ ਕਿਤਾਬ ਰਿਲੀਜ਼ ਸਮਾਰੋਹ ਦੌਰਾਨ ਲੇਖਕ ਤੇ ਪੱਤਰਕਾਰ ਮਿੰਟੂ ਗੁਰਸਰੀਆ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਮੰਤਰੀ ਬਿਕਰਮ ਸਿੰਘ ਬਾਜਵਾ ਸਮੇਤ ਹਰ ਉਸ ਵਿਅਕਤੀ ਦੇ ਖਿਲਾਫ ਉਹ ਲੜਾਈ ਲੜ ਰਹੇ ਨੇ ਜਿਹੜੇ ਸਮਾਜ ਲਈ ਖਤਰਾ ਹਨ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਕਿਸੇ ਖਾਸ ਵਿਅਕਤੀ ਨਾਲ ਉਹਨਾਂ ਦੀ ਕੋਈ ਲੜਾਈ ਨਹੀਂ ਹੈ ਪਰ ਇਸ ਵੇਲੇ ਉਹਨਾਂ ਨੇ ਮੰਤਰੀ ਬਾਜਵਾ ਦੇ ਖਿਲਾਫ ਨਸ਼ਾ ਤਸਕਰੀ ਦੇ ਮੁੱਦੇ ਨੂੰ ਲੈ ਕੇ ਲੜਾਈ ਕੀਤੀ ਹੋਈ ਕਿਉਂ ਫਰਜੀਤ ਆਇਆ ਨਹੀਂ ਹੈ ਬੰਦਾ ਕਿਸੇ ਵੀ ਲੋਟ ਨਾ ਪੈਸੇ ਲਏ ਨਾ ਧਮਕੀ ਤੋਂ ਡਰਿਆ ਕੀ ਕਰੀਏ ਦਾ ਜੇ ਆਉਂਦੇ ਹੋ ਤਾਂ ਫਿਰ ਕੋਈ ਪੱਕਾ ਹੀ ਹੱਲ ਕਰ ਦਿੰਦੇ ਹਾਂ ਨਾ ਸਾਲਾ ਲਿਖੋ ਤੇ ਨਾ ਬੋਲੋ ਇਹ ਕੰਮ ਨਹੀਂ ਕਰਨਾ ਨਾ ਸਿੱਧਾ ਮੇਰਾ ਲੱਗੂ ਅਪੋਜੀਸ਼ਨ ਵਾਲੇ ਤਾਂ ਪਹਿਲਾਂ ਹੀ ਬਾਨੇ ਲੱਭਦੇ ਫਿਰਦੇ ਆ ਇਹਦੀ ਤਾਂ ਕੋਈ ਐਸੀ ਕੁੰਡੀ ਲੱਭਣੀ ਪੈਣੀ ਆ ਜਿਹੜੀ ਇਹਨੂੰ ਮਜਬੂਰ ਕਰ ਦੇਵੇ ਮੇਰੇ ਮੋਹਰੇ ਹੱਥ ਬੰਨ ਕੇ ਖੜ ਲਈ ਡਰ ਤਾਂ ਨਹੀਂ ਲੱਗ ਰਿਹਾ ਪੱਤਰਕਾਰਾ ਡਰ ਤਾਂ ਉਹਨੂੰ ਹੁੰਦਾ ਹੈ ਜਿਹੜਾ ਇੱਕ ਨਿਹੱਥੇ ਬੰਦੇ ਨੂੰ 20-20 ਬੰਦੇ ਨਾਲ ਘੇਰਦਾ ਹੈ ਗੱਲ ਕਰਨਾ ਮੇਰਾ ਸਟਾਈਲ ਨਹੀਂ ਪਾਉ ਦੀ ਗੱਲ ਗੋਲੀ ਤੇ ਸ਼ੁਰੂ ਹੁੰਦੀ ਆ ਤੇ ਗੋਲੀ ਤੇ ਖਤਮ ਜਿੰਨਾ ਮਾਲਕਾਂ ਦੇ ਸਿਰ ਤੇ ਤੂੰ ਲੋਕਾਂ ਦੀ ਮੌਤ ਤੇ ਜ਼ਿੰਦਗੀ ਦਾ ਫੈਸਲਾ ਕਰਦਾ ਹੈ ਨਾ ਪਾਉ ਇੱਕ ਦਿਨ ਉਹੀ ਮਾਲਕ ਤੇਰੀ ਮੌਤ ਦੇ ਵਾਰੰਟ ਕੱਢਣਗੇ ਜੇ ਦਿਮਾਗ ਘੁੰਮ ਗਿਆ ਨਾ ਤਾਂ ਸਾਲੇ ਨੂੰ ਇੱਥੇ ਠੋਕ ਦੂੰ ਹੂੰ
ਇਹ ਤੇਰੀ ਘਰਵਾਲੀ ਤੇਰਾ ਜਵਾਕ ਤੇ ਤੇਰੀ ਮਾਂ ਇਹ ਇਸ ਵੇਲੇ ਕਿੰਨੇ ਕੁ ਸਾਹ ਲੈਣ ਡਏ ਨੇ ਇਹ ਵੀ ਮੈਨੂੰ ਪਤਾ ਤੂੰ ਚਾਹੁੰਦਾ ਕੀ ਹੈ ਹੁਣ ਤੇਰੇ ਘਰਦਿਆਂ ਦੀ ਜ਼ਿੰਦਗੀ ਦਾ ਫੈਸਲਾ ਤੇਰੇ ਹੱਥ 'ਚ ਆ ਕੋਰਟ 'ਚ ਗਵਾਹੀ ਮੰਤਰੀ ਦੇ ਹੱਕ 'ਚ ਦਈ ਨਾਲੇ ਅੱਜ ਦੀ ਚਾਹ ਤੇਰੇ ਘਰ ਪਏ ਹਾਂ ਸਾਲ ਹੋ ਗਏ ਭਾਊ ਤੇਰੇ ਨਾਲ ਕੰਮ ਕਰਦਿਆਂ ਨੂੰ ਤੇਰਾ ਨਾਂ ਸੁਣ ਕੇ ਲੋਕਾਂ ਦੇ ਸਾਹ ਸੁੱਕਦੇ ਵੇਖੇ ਮੈਂ ਇਹ ਪਹਿਲਾ ਬੰਦਾ ਜਿਹੜਾ ਤੇ ਤੂੰ ਨਹੀਂ ਡਰਿਆ ਬੈਸ਼ ਦੇ ਕੀ ਆ ਕੋਈ ਸਬੂਤ ਸਵਾਲ ਤੇ ਨਹੀਂ ਉਹ ਭਾਊ ਇਹ ਤਾਂ ਮੰਤਰੀ ਦੀ ਸਾਰੀ ਕੁੰਡਲੀ ਚੱਕੀ ਫਿਰਦਾ ਆ ਕੀ ਹੈ ਲੇਖਕ ਮਿੰਟੂ ਗੁਰਸਰੀਆ ਆ ਤਾਂ ਲੱਗਦਾ ਆਪਦੀ ਕੋਈ ਜੀਵਨੀ ਜੂਨੀ ਲਿਖੀ ਬੈਠਾ ਪੜ੍ਹਾ ਭਲਾ ਕੀ ਲਿਖਿਆ ਸੰਨ 47 ਦੀ ਚੰਦਰੀ ਵੰਡ ਦਾ ਉਹ ਕਾਲਾ ਦੌਰ ਜਦੋਂ ਲੱਖਾਂ ਲੋਕ ਆਪਣੇ ਹੀ ਘਰਾਂ 'ਚੋਂ ਉੱਜੜ ਕੇ ਬੇਪਛਾਣੀਆਂ ਥਾਵਾਂ ਵੱਲ ਜਾ ਰਹੇ ਸਨ ਉਦੋਂ ਹੀ ਸਾਡੇ ਬਜ਼ੁਰਗ ਵੀ ਪਾਕਿਸਤਾਨ ਦੇ ਰਾਜਾ ਜੰਗ ਪਿੰਡ 'ਚੋਂ ਉੱਜੜ ਕੇ ਗੁਰੂਸਰ ਯੋਧਾ ਆ ਬੈਠੇ ਪਾਕਿਸਤਾਨ 'ਚ ਸਾਡੇ ਬਜ਼ੁਰਗਾਂ ਕੋਲ 200 ਘੁਮਾ ਪੈਲੀ ਸੀ ਜਿਹੜੀ ਇੱਧਰ ਕਾਟ ਲੱਗ ਕੇ 50 ਏਕੜ ਰਹਿ ਗਏ ਮੇਰਾ ਦਾਦਾ ਅਜੀਤ ਸਿੰਘ ਮਸ਼ਹੂਰ ਬਲੈਕੀਆ ਅਤੇ 10 ਨੰਬਰੀਆ ਸੀ ਅਤੇ ਉਹਨਾਂ ਦੀਆਂ ਪੈੜਾਂ 'ਤੇ ਤੁਰਦਿਆਂ ਮੇਰੇ ਬਾਪੂ ਅਤੇ ਤਾਏ ਨੇ ਵੀ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ ਰਾਤ ਵੇਲੇ ਪਾਕਿਸਤਾਨ ਜਾ ਵੜਦੇ ਅਤੇ ਸੂਰਜ ਦੀ ਪਹਿਲੀ ਪੌਂ ਫੁੱਟਣ ਤੋਂ ਪਹਿਲਾਂ ਮੂੰਹ ਹਨੇਰੇ ਕੱਚੀ ਰਾਤ 'ਚ ਹੀ ਬਾਰਡਰ ਦੀ ਤਾਰ ਹੇਠ ਕਈ ਨਾਲ ਪੁੱਟ ਕੇ ਬਣਾਈ ਸੁਰੰਗ ਵਿੱਚ ਦੀ ਚੜ੍ਹਦੇ ਪੰਜਾਬ ਆ ਵੜਦੇ ਨਸ਼ੇ ਦੇ ਕੰਮ ਨਾਲ 2 ਨੰਬਰ ਦਾ ਪੈਸਾ ਆਉਣ ਲੱਗ ਪਿਆ ਅਤੇ ਅਸਲੇ ਦੀ ਵੀ ਪਰਮਾਰ ਹੋ ਗਈ ਫਿਰ ਪੁਲਿਸ ਨਾਲ ਪਿਆਰ ਪੈਣਾ ਤਾਂ ਸੁਭਾਵਕ ਹੀ ਸੀ ਪੁਲਿਸ ਅਕਸਰ ਹੀ ਸਾਡੇ ਘਰ ਨੂੰ ਘੇਰਾ ਪਾਈ ਰੱਖਦੀ ਪਰ ਬਾਪੂ ਹੁਣੀ ਧੌਣ ਨੀਵੀਂ ਕਰਕੇ ਹੱਥ ਖੜ੍ਹੇ ਕਰਨ ਦੀ ਬਜਾਏ ਛਿਗਰੇ ਦਾ ਸਬੂਤ ਦਿੰਦੇ ਅਤੇ ਪੁਲਿਸ ਦਾ ਡੱਟ ਕੇ ਮੁਕਾਬਲਾ ਕਰਦੇ ਉਹਨਾਂ ਦੀ ਇਸ ਦਲੇਰੀ ਨੇ ਸਾਡੇ ਪਰਿਵਾਰ ਦੀ ਅੱਲ ਡਾਕੂਆਂ ਦੀ ਪਾ ਦਿੱਤੀ ਇਹਨਾਂ ਹੀ ਡਾਕੂਆਂ ਦੇ ਘਰ 11 ਸਾਉਣ 1979 ਨੂੰ ਮੈਂ ਪਹਿਲੀ ਕਿਲਕਾਰੀ ਮਾਰੀ ਵਧਾਈਆਂ ਬਲਦੇਵ ਸਿੰਘ ਤੈਨੂੰ ਉਹ ਤੈਨੂੰ ਵਧਾਈਆਂ ਬੰਸੋ ਲਿਆ ਵੀ ਮੇਰਾ ਸ਼ੇਰ ਪੁੱਤ ਉਹ ਬੱਲੇ 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 ਆ ਲੈ ਵੀ ਲੈ 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 ਉਹ ਡਿਸਕਣ ਕੋ ਲੱਗ ਗਿਆ ਉਹ ਰੋਣ ਕੋ ਲੱਗ ਗਿਆ ਪੁੱਤ ਓਏ ਰੋਵੇ ਨਾ ਤਾਂ ਹੋਰ ਕੀ ਕਰੇ ਹੱਥਾਂ 'ਚ ਤਾਂ ਫੀਮ ਦਾ ਮੁਸ਼ਕ ਵੜਿਆ ਪਿਆ ਜੱਟਾਂ ਦੀ ਸ਼ਰੀਕੇ 'ਚ ਲਾਗ ਡਾਟ ਹੋਣੀ ਆਮ ਗੱਲ ਹੈ ਅਤੇ ਕਦੇ ਨਾ ਕਦੇ ਲੜਾਈ ਵੀ ਜ਼ਰੂਰ ਹੁੰਦੀ ਆ ਉਹ ਵੀ ਕੋਈ ਆਮ ਖਾਸ ਨਹੀਂ ਜਦੋਂ ਹੁੰਦੀ ਆ ਫਿਰ ਪੀੜ੍ਹੀਆਂ ਤੱਕ ਚੱਲਦੀ ਆ ਅੰਬ ਪੱਕੇ ਖਰਬੂਜੇ ਹੂਟੇ ਮਾਟੇ ਕਿੱਦਾਂ ਬਾਈ ਟਰੈਕਟਰ ਲੈਣ ਆਇਆ ਉਹ ਪੱਠਿਆਂ ਵਾਲੇ ਵਾਲ 'ਚ ਸੁਹਾਗਾ ਫੇਰਨ ਵਾਲਾ ਰਹਿ ਗਿਆ ਘੰਟੇ ਦਾ ਕੰਮ ਹੈ ਮੈਂ ਆਪੇ ਘਰੇ ਖੜਾ ਆਊ ਉਹ ਘੰਟੇ ਘੁੰਟੇ ਕਿਹਨੇ ਦੇਖੇ ਨੇ ਮੈਂ ਤਾਂ ਹੁਣੇ ਲੈ ਕੇ ਜਾਣਾ ਉਹ ਨਾਲੇ ਗੱਲ ਸੁਣਾ ਮੈਂ ਇੱਥੇ ਕੋਈ ਤਰਲੇ ਤੁਰਲੇ ਨਹੀਂ ਕਰਨਾ ਆ
ਆਪਦਾ ਸੰਦ ਲੈਣ ਆਇਆ ਐਵੇਂ ਕਿਵੇਂ ਮਾਲਕ ਹੈ ਮੈਂ ਦਾ ਮਾਲਕ ਤਾਂ ਮੈਂ ਵੀ ਆ ਸੂਬਾ ਸਾਹਿਬ ਮੇਰਾ ਵੀ ਆਪਦਾ ਟਰੈਕਟਰ ਚ ਆ ਤੈਨੂੰ ਚੱਕ ਤੇਰੀ ਹਾਏ ਵੇ ਲੋਕੋ ਵੇ ਮਾਰਦਾ ਵੇ ਕੋਈ ਹੈ ਕੋਈ ਸੁਣਦਾ ਹੈ ਵੇ ਕੋਈ ਰੋਕੋ ਇਹਨਾਂ ਨੂੰ ਹਾਏ ਵੇ ਮੇਰੀ ਆਸ ਹੀ ਤੇਰਾ ਕੀ ਵਿਗਾੜਦਾ ਵੇ ਤੇਰਾ ਕੱਖ ਨਾ ਰਹੇ ਕਮਾਈਆਂ ਕਰਦੇ ਲੱਛੀ ਤੇਰੇ ਬੰਦ ਨਾ ਬਣੇ ਜਲੂਆ ਉਹ ਜਲੂਆ ਜਲੂਆ ਆ ਜਾ ਬਾਈ ਪੈਗ ਲਾ ਲਾ ਉਹ ਅੱਜ ਫੇਰ ਮੱਕੋ ਦੁਸ਼ਮਣਾਂ ਦੇ ਬੜੀ ਫਿਰਦੀ ਹੈ ਪਤਾ ਨਹੀਂ ਕੀ ਗੁਰਮ ਦੇ ਪੁਕਾਰੀ ਹੈ ਨਾ ਜੀ ਤੂੰ ਰਹਿਣ ਦੇ ਆਪਾਂ ਕੀ ਲੈਣਾ ਕਿਸੇ ਤੋਂ ਤੂੰ ਦਵਾ ਕਰ ਤੇਰੇ ਜਵਾਕ ਦੇ ਸਿਰ ਦੇ ਸੋਚੇ ਗਿਆ ਤਾਂ ਤੂੰ ਆਪ ਤਾਂ ਜਲ ਚਲਾ ਜਾਏਗਾ ਪਰ ਅਸੀਂ ਤਾਂ ਰੁੜ ਜਾਗੇ ਨਾ ਨਾਲ ਅਸੀਂ ਦੇ ਪਿੱਛੇ ਮਰ ਬਰਾਨ ਨੂੰ ਫਿਰਦਾ ਉਹ ਤੇਰੀ ਮਦਰ ਰਹੀ ਹੈ ਆਪਣੀ ਵੀ ਹੁਣ ਤੇ ਸਾਡੇ ਪਿਓ ਦੀ ਹੈ ਨਾ ਪਿੰਡ ਚ ਤੌਣ ਚੁਕਾ ਕੇ ਜੀਣ ਨਾਲੋਂ ਰੋਣਾ ਚੰਗਾ ਹੈ ਨਾ ਜੀ ਤੈਨੂੰ ਮੇਰੀ ਸਾਹ ਲੱਗੇ ਚਲਾ ਬਾਈ ਚਲ ਦੇਖਦੇ ਆ ਸਾਡੀ ਇੱਜ਼ਤ ਰੋਲਣ ਤੋਂ ਪਹਿਲਾਂ ਸੋਚਣਾ ਸੀ ਮੱਥਾ ਟੇਕਦੇ ਆ ਮਾਤਾ ਜਿਉਂਦੇ ਰਹੋ ਪੁੱਤ ਬੱਲੇ ਮੈਂ ਤੁਹਾਨੂੰ ਪਛਾਣਿਆ ਨੀ ਕੌਣ ਹੋ ਤੁਸੀਂ ਘਰ ਦੇ ਹੀ ਮੁੰਡੇ ਆ ਮਾਤਾ ਪੁੱਤ ਨਾਂ ਕੀ ਹੈ ਤੁਹਾਡਾ ਘਬਰਾ ਨਾ ਮਾਤਾ ਮਿੰਟੂ ਦੇ ਵੇਲੀ ਆ ਸਾਡਾ ਹੀ ਕੰਮ ਗਿਆ ਕਹਿੰਦਾ ਸੀ ਮੇਰੇ ਆਉਣ ਤੱਕ ਘਰੇ ਬਹਿ ਜਾਓ ਮਾਤਾ ਮਿੰਟੂ ਕਹਿੰਦਾ ਸੀ ਚਾਹ ਬੜੀ ਸਵਾਦ ਬਣਾਉਣੀ ਆ ਤੁਸੀਂ ਬਣਾਓ ਹਾਂ ਘੁੱਟ ਘੁੱਟ ਭੂਆ ਦੇ ਕਤਲ ਵਾਲੇ ਮਾਮਲੇ 'ਚ ਬਾਪੂ ਅਤੇ ਤਾਏ ਨੂੰ ਕੈਦ ਹੋ ਗਏ ਉਸ ਮਗਰੋਂ ਬੇਬੇ 'ਤੇ ਹੀ ਕਬੀਲਦਾਰੀ ਦਾ ਸਾਰਾ ਬੋਝ ਪੈ ਗਿਆ ਘਰ ਦੇ ਹਾਲਾਤ ਬਿਲਕੁਲ ਵੀ ਠੀਕ ਨਹੀਂ ਸਨ ਪਰ ਜੱਟਾਂ ਦੀ ਧੀ ਨੇ ਸਿਦਕ ਨਹੀਂ ਹਾਰਿਆ ਉਹ ਲੋਕਾਂ ਦੇ ਖੇਤਾਂ 'ਚ ਕੰਮ ਕਰ ਕਰਕੇ ਸਾਨੂੰ ਪਾਲਦੀ ਰਹੀ ਅਤੇ ਇੰਨੀਆਂ ਔਖਾਂ ਦੇ ਬਾਵਜੂਦ ਵੀ ਉਹਨੇ ਬਾਪੂ ਹੋਣਾ ਦੇ ਕੇਸ ਦੀ ਪੈਰਵਾਈ ਨਹੀਂ ਛੱਡੀ ਉਹ ਹਰ ਪੇਸ਼ੀ ਦੇ ਸ਼ਹਿਰ ਜਾਂਦੀ ਅਤੇ ਆ ਕੇ ਹੜ੍ਹ ਦੀਆਂ ਧੁੱਪਾਂ 'ਚ ਦੋ ਦੋ ਮੀਲ ਦੂਰੋਂ ਕੱਖ ਖੋਦ ਕੇ ਲਿਆਉਂਦੀ ਉਹਦੇ ਸਿਰ 'ਤੇ ਰੱਖੀ ਕੱਖਾਂ ਦੀ ਭਾਰੀ ਪੰਡ ਮੈਨੂੰ ਉਹਦੀ ਜ਼ਿੰਦਗੀ 'ਤੇ ਪਏ ਬੋਝ ਦਾ ਅਹਿਸਾਸ ਕਰਾਉਂਦੀ ਬੇਬੇ ਦੀ ਹਾਲਤ ਵੇਖ ਕੇ ਮੈਨੂੰ ਤਰਸ ਆਉਂਦਾ ਮੇਰੀ ਜਿੰਨੀ ਕੁ ਵਾਹ ਲੱਗਦੀ ਮੈਂ ਕੰਮ 'ਚ ਬੇਬੇ ਦਾ ਹੱਥ ਵਟਾਉਣ ਦੀ ਕੋਸ਼ਿਸ਼ ਕਰਦਾ ਪਰ ਬਾਪੂ ਜੇਲੋਂ ਬਾਹਰ ਆ ਕੇ ਘਰ ਨਾਲੋਂ ਜਿਵੇਂ ਟੁੱਟ ਹੀ ਗਿਆ ਸੀ ਬੇਬੇ ਸਾਰਾ ਦਿਨ ਕੰਮ ਕਰ ਕਰਕੇ ਵੱਖੀਆਂ ਚੜਾਉਂਦੀ ਰਹਿੰਦੀ ਅਤੇ ਬਾਪੂ ਉਹ ਬੇਬੇ ਦੀ ਕੋਈ ਮਦਦ ਕਰਨ ਦੀ ਬਜਾਏ ਨਸ਼ਾ ਕਰਕੇ ਸਾਰਾ ਦਿਨ ਚਿੱਟੇ ਪਾ ਕੇ ਘੁੰਮਦਾ ਰਹਿੰਦਾ ਉਹਨੂੰ ਦੇਖ ਕੇ ਮੈਨੂੰ ਚੀ ਚੜਦੀ ਚੱਲ ਬਸ ਪੁੱਤ ਤੂੰ ਜਾ ਵੜ ਹੁਣ
तेरी स्कूल वाली बस लंघ जू, बाकी रुग मैं आपे ला लैनी है, है? जा मेरा पुत्त, रोटी वाला डब्बा ना भूल जी। ठीक है बीबी। चल पिया पुत्र। ओ इत्थे डब्बा रखा सी मैं एक। हैथी होना जिथे रखिया सी। इत्थे तां है नहीं। मिंटू तां नहीं लै गया? मिंटू टिफिन च की लै गया है? लून वालियां परौंठियां। वेखी मैनूं भुख बहुत लगी है। क्यों तू खा के नहीं आया करो? ना यार, बीबी नूं ताप चढ़िया वे, उहने चाह मसा बनाई है ते रोटी पकी होई। अच्छा मैं देना, तू आ मेरियां परौंठियां खा ला। ओए आ गई चक ले। ओए ओए मेरी बेबे कहंदी हुंदी है ये बहुत गलत चीज हुंदी है, मेरा बापू खांदा सी। ओए की कपाई है, की होया इहदे च? माल तां खरा लगदा, वधिया झट लगू अज तक। किन्ना दा मुंडा तू? चुप कर जा, मुंह तोड़। कपाई थल्ले जा। यार गल सुन। हाँ? कबड्डी ना मेरे लूह कंडे खड़े कर देंदी है। अच्छा? ओए जल्लू दे भी कर देंदी सी छोरा। ओए तेरा प्यो चोटी दा रेडर सी, मगे मेलियां च चारे पासे जल्लू पहलवान जल्लू पहलवान हुंदी सी। हैं? ओए की पुछदे पुत्र, हैं? इलाके च फुल चढ़ाई सी जट दी, मगे ओदे बराबर नहीं सी भाई कोई। ओए आता तेनू की दसा पुत्रा, पतंदर नू पुठे कम्मा ने खराब करता, नहीं ता क्या सोनी काठी सी जवान दी है। आ ओए पड़े अशाबाश, ओ केरले केरले। बीबी बापू कबड्डी खेडता हुंदा सी? तू चुप करके रोटी खा ले, ठंडी होई जांदी है। तारी दा प्यो दादा सी, कहंदा तेरे बापू दी बहुत चढ़ाई सी, मैं भी कबड्डी खेडन जाया करूं, देखी बापू जी नी टोर हो मेरी भी। तू चुप करके रोटी खाना का नहीं, कबड्डी खेडूगा है बड़ा पहलवान, जिहो जे लल्लर प्यो ने लाते ओहो जे तू ला लेंगा। मैं ता खेडूं। तू मैं तो कुछ होर ना ले ली, बड़ा प्यो दा चेचला। ओ की पकाई मरी जानी तू ओए। बापू मैं कबड्डी खेडनी है, बीबी मना करदी है। ओ बल्ले खेडन दे मरे शेर नू, चल बस कल तो कर दे जोर मारना शुरू। एदा की आदा भौंकदी रहिंदी। ठीक है। ओ गल सुन, आ मर्जू जे शरीर ने नहीं गल बननी, कबड्डी खुराक मंगदी है, दबल के खानी पऊ। हाँ बापू। ते अगली सवेर तो बापू मेरा कोच बन गया, वो हर रोज सवेरे मैनू ग्राउंड लै जांदा ते कसरत कराउंदा, कबड्डी दे दापे सिखाउंदा। शायद बापू नू मेरे अंदर अपना आप नजर आउंदा सी, कबड्डी लई मेरी दृढ़ता देख के उन्हूं अपनी जवानी पैरे मर चुके खिडारी दे जिउंदा होण दी आस बज्जी सी। किशोर दे वर्गा कोई जवान नहीं है, देख 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 नेरी है पतंदर नेरी। ओ शाबाश है, ओ चक दे शेरा। ओ शाबाश है, ओ बल्ले 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 बल्ले। ओ तू किधर है? ओ पहला पिंजड़ियां दा भालण दंदा कच्चा ही तुरया आया है, आ जा फिर। मित्या हथौली रखी ते एवें ना जवाग दा चिपड़ा को फुट दे। क्यों बाबा निकल गई फिर कांड पूरी के आले चक नाम? ना बाबा मैं नहीं पींदा। ओ पी ले पी ले, आ तो सुखी पंजीरी आ, पीले पीले खिच। तेंज 14 साल दी उम्र च
एक 70 साल के बुढ़े ने मैनू पहली बार नशे का स्वाद चखाया। लड़ाई होगी किसे नाल? ना बोलदा नहीं। फेल हो गया पेपरां चो। फेल ता तू होना ही सी, लक्षण सी तेरे फेल होण दे। सारा सारा साल तू किताब नहीं चखदा, होर खेल ले तू कबड्डियां। ओ बाप बीबी, ओ बीबी कान ना पड़दी। ओ फर्स्ट डिवीजन आई है मेरी। ठहर जा, ना मां नाल मशखरी है। बीबी बनाता ना उन्नू। ओ बीबी, हां बापू नु कह दे मैं मलोट पढ़न लगना। पढ़न ता लग जी मलोट, पर एक शर्त है मेरी, कबड्डी ना छड्डी। गुड मॉर्निंग, किदा रोमी? होर बावे? ठीक है भाई। होर फिर होगी टीम सिलेक्ट? हाँ होगी भाई, पर ऐतकी जे अवदरली खड़ौनी तां फीस दुगनी लगूगी। फाइनल सिलेक्शन होना इस तो बाद, ठीक है? को साहब सत श्री अकाल जी। हाँ भाई जॉन। को साहब ट्रायल देना है जी मैं। ट्रायल खत्म हो गए हुण, अगले साल आई। को साहब मेरी बस निकल गई सी तां लेट हो गई। तैनूं कहा ना फिर आई। को साहब एक मौका जी, ऑलराउंडर आ जी मैं। को साहब नहीं, अगले साल आई। चलो वे मुंडियो। ਸਾਲਾ ਬਿੱਲੇ ਬਗਿਆਣ ਬਣਿਆ ਫਿਰਦਾ ਹੈ। ਦੁੱਗਣੀ ਫੀਸ, ਸਾਲਾ ਜਿਪਸੀ 'ਚ ਪੈਟਰੋਲ ਨਾ ਪਾਊ ਮੈਂ। ਪ੍ਰਧਾਨ ਸਾਹਿਬ ਮੈਨੂੰ ਲੱਗਦਾ ਆਪਾਂ ਨੂੰ ਸਰੀਰ ਬਣਾਉਣਾ ਪਊਗਾ। ਕਬੱਡੀ ਜਾਨ ਮੰਗਦੀ ਹੈ ਜਾਨ। ਕੋ ਸਾਹਿਬ ਆਪਦੇ ਸਭ ਤੋਂ ਤਕੜੇ ਖਿਡਾਰੀ ਨਾਲ ਪੜ੍ਹਾ ਕੇ ਦੇਖ ਲਓ ਜੀ। ਅੱਛਾ ਇਹ ਤਾਂ ਸਾਰੇ ਅੱਗ ਦੀਆਂ ਨਾਲਾਂ, ਤੂੰ ਪਾਲਾ ਜੀ ਨੂੰ ਹੱਥ ਪਾਉਣਾ। ਬੋਲਦਾ ਨਹੀਂ ਗਿਆ ਆ ਵੀ ਪ੍ਰਧਾਨ, ਕਹਾਵਤ ਸੁਣੀ ਆ ਮੌਤ ਨੂੰ ਮਾਸੀ ਕਹਿਣਾ? ਆਹੋ ਪੇਪਰਾਂ 'ਚ ਉਹੀ ਤਾਂ ਆਉਂਦੀ ਹੁੰਦੀ ਸੀ, ਅੱਜ ਫਿਰ ਸੱਚ ਹੁੰਦੀ ਦੇਖ। ਆ ਜਾ ਬਸ, ਵੈਰੀ ਗੁੱਡ ਬਈ ਖਿਡਾਰੀ, ਚੰਗਾ ਖੇਡਦਾ, ਆ ਜਾ ਕਰ ਕੱਲ੍ਹ ਤੋਂ। ਭੁੱਲਿਆ ਨਹੀਂ ਫਿਰ ਹੈ। ਸ਼ਾਬਾਸ਼, ਮੈਂ ਤਾਂ ਦੇਖ ਕੇ ਪਛਾਣ ਗਿਆ ਸੀ ਵੀ ਸ਼ੋਰ 'ਚ ਦਮ ਹੈ। ਅੱਛਾ ਇਹ ਆ ਰੋਮੀ ਅਤੇ ਇਹ ਆ ਬਾਵਾ। ਰੋਮੀ ਮਿੰਟੂ ਚੰਗਾ ਖੇਡੇ, ਬਿੱਲੇ ਤੈਨੂੰ ਤਾਂ ਮਿਲ ਗਿਆ ਤੇਰਾ ਜੋੜੀਦਾਰ, ਹੁਣ ਟਾਇਓ ਗਰਦ। ਉਹ ਗਰਦ ਠਾਉਣ ਨੂੰ ਹੜੰਬਾ ਲਾਇਆ ਯਾਰ ਇਹਨਾਂ ਨੇ।
ਉਹ ਖਡਾਰੀ ਸਾਹਿਬ ਕਿੱਧਰ? ਮੇਰੇ ਪਿੰਡ ਚੱਲਿਆ ਸੀ। ਉਹ ਪਿੰਡ ਕੀ ਕਰਨਾ ਯਾਰ, ਆ ਤੈਨੂੰ ਗੇੜੀ ਮਰਾ ਕੇ ਲਿਆਵਾਂ ਸਾਡੇ ਵਾਲੇ ਕਾਲਜ 'ਚ। ਆਜਾ ਆਜਾ ਚੱਲ। ਹੋਰ ਫਿਰ ਵਧੀਆ ਵੀਰ? ਬੱਬੂ ਮਾਨ ਸੁਣੇ ਕਿ ਚਮਕੀਲਾ ਜਿਹੜਾ ਦਿਲ ਕਰਦਾ ਉਹ ਲਾ ਲਾ। ਮਾੜੀ ਬੰਦਾ ਤਾਂ ਤੂੰ ਹੈਗਾ ਕੰਮ ਦਾ, ਹੁਣ ਤੈਨੂੰ ਅਸੀਂ ਕਰਾਂਗੇ ਪ੍ਰਮੋਟ। ਚੱਲ ਪਹਿਲਾਂ ਤੈਨੂੰ ਸਾਡੇ ਵਾਲੇ ਕਾਲਜ ਦੇ ਨਜ਼ਾਰੇ ਦਿਖਾਉਣਾ। ਚੱਲ ਆ ਜਾ। ਵਾਹ ਤਾਂ ਸੁਰਗੀ ਆ, ਇੱਥੇ ਤਾਂ ਸਾਰੀਆਂ ਪਿੰਟ ਵਾਲੀਆਂ। ਕਿਉਂ, ਤੂੰ ਤਾਂ ਚੱਲਿਆ ਸੀ ਪਿੰਡ ਦੇ ਟੋਭੇ 'ਚ ਵੜਨ, ਲਿਆਂਦਾ ਨਾ ਫਿਰ ਬੀਚ 'ਤੇ ਮਾਰ ਤਾਰੀਆਂ। ਮੈਂ ਮਾੜਾ ਜਿਹਾ ਸਮਾਨ ਲੈ ਕੇ ਆਇਆ। ਚੰਗਾ ਮਿੰਟੂ ਸਿਆਂ, ਤੂੰ ਤਾਂ ਹਨੇਰੇ 'ਚ ਹੀ ਫਿਰਦਾ ਰਿਹਾ, ਅਸਲੀ ਨਜ਼ਾਰੇ ਤਾਂ ਇੱਥੇ ਆ। ਕਿਹੜੀ ਦੁਨੀਆ ਚ ਖੋ ਗਿਆ ਹੁਣ? ਦੁਨੀਆ ਤਾਂ ਹੁਣ ਲੱਭੀ ਆ। ਕੀ ਹੈਲੋ, ਕੀ ਹੋ ਗਿਆ? ਕੌਣ ਏ? ਹੋਰਾ ਅਕਲ ਨਹੀਂ ਇਹਨੂੰ? ਕੋਈ ਨੀ ਭਰਾ ਮੇਰਾ, ਸੋਰੀ ਰਾਜੀ। ਚਲੋ ਕਿਹੜੀ ਕ੍ਰਾਂਤੀ ਦੇ ਬਿਨਾਂ ਪੰਗਾ ਲੈ ਲਿਆ ਤੂੰ। ਚੱਕੋ ਵੀ ਮੁੰਡਿਓ, ਲੈ ਥਾਰੇ ਮਾਰੇ, ਲੈ ਪ੍ਰਧਾਨ, ਲੈ ਫੜ ਲਿਆ, ਲੈ ਵੀ ਮਿੰਟੂ। ਵੀਰੇ ਆਪਣਾ ਸਿਗਰਟ ਸੁਗਰਟ ਤੱਕ ਠੀਕ ਹੈ, ਆਹ ਦਾਰੂ ਨਹੀਂ ਕਦੇ। ਉਹ ਪਾਪ ਲੱਗੂ ਤੈਨੂੰ, ਪਾਇਆ ਪੈ ਕੇ ਨਹੀਂ ਮੁੜੀ ਜਾਂਦਾ। ਲੈ ਫੜ। ਮੈਂ ਸੱਚੀ ਕਹਿੰਦਾ ਯਾਰ, ਮੈਂ ਅੱਜ ਤੱਕ ਕਦੇ ਪੀਤੀ ਨਹੀਂ ਇਹ। ਲੈ, ਅਸੀਂ ਤਾਂ ਚੁੰਗੜੀਆਂ 'ਚ ਪਾਪਾ ਪੀਂਦੇ ਰਹੇ ਹਨਾ, ਉਹ ਕਦੇ ਵੀ ਤਾਂ ਹੀ ਆਊ ਜੇ ਹੁਣ ਭੋਗ ਲਾਏਗਾ। ਲੈ ਫੜ। ਨਾ ਨਹੀਂ ਵੀਰੇ ਨਹੀਂ, ਪਹਿਲਾਂ ਘੋੜਾ ਤੋਂ ਗਾ ਸਕਣਾ ਕਾ। ਦਾਰੂ ਵਾਰ ਮਿੰਟੂ ਦੇ ਯਾਰਾ, ਮਿੰਟੂ ਪੈਗ ਲਾਉਣ ਲੱਗੇ ਆ ਦੇਸੀ। ਉਹ ਤੁਸੀਂ ਵੀ ਗਾਓ। ਇਸ ਨੇ ਥੋੜੀ ਜਹੀ ਪਿਆਦ ਮਾਰਿਆ ਮਿੱਤਰਾ, ਜੋ ਪਹਿਲੀ ਵਾਰੀ ਪੀਣ ਲੱਗ ਰਿਹਾ। ਲੈ ਵੀਰ, ਲੈ ਫੜ ਚੱਕਦੇ ਫੱਟੇ। ਉਹ ਨਹੀਂ ਲੈ ਫੜ, ਉਹ ਨਹੀਂ ਕੁਛ ਨਹੀਂ, ਨਹੀਂ ਚੱਕਦੇ ਫੱਟੇ। ਲੰਘੇ 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 ਤੇਰਾ ਨਾ ਮੈਂ ਜੱਗ ਭਰਦਾ। ਨਾ ਯਾਰ, ਪਾ ਦੇ ਇਹਨੂੰ ਜਵਾਕ ਵਾਲੇ ਗਲਾਸ ਚ। ਹਾਂ 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 ਹਾਂ, ਪਾ ਦਿੰਨੇ ਆ ਪਾ ਦਿੰਨੇ ਆ। ਤਾਰੇ ਮਾਰੇ ਆਓ, ਕੱਢ ਫਿਰ ਬੱਚੀ ਵਾਲਾ ਗਲਾਸ। ਇਹ ਵੀ ਆ ਗਈ ਬਿਸ, ਇਹਨੂੰ ਮੈਂ ਆਪਣੇ ਹੱਥਾਂ ਨਾਲ ਪੈਗ ਬਣਾ ਕੇ ਦਾ। ਦੱਸ ਕਿਹੋ ਜਿਹਾ ਪੀਣਾ? ਥੋੜਾ ਜਿਹਾ, ਥੋੜਾ ਜਿਹਾ ਵੱਧ ਪਾਦਾ ਹਨਾ, ਬਸ ਬਹੁਤ ਹੈ। ਪਾਣੀ ਦੱਸ ਮੈਨੂੰ, ਆ ਲੈ ਫੜ। ਬਸ ਬਸ ਬਸ, ਆ ਜਾ ਮੇਰਾ ਵੀਰ, ਆ ਜਾ, ਅੱਖਾਂ ਬੰਦ ਕਰ ਲੈ। ਦੋ ਬੂੰਦ ਜ਼ਿੰਦਗੀ ਕੀ। ਵੱਤ ਪਾ ਕੇ ਬੈਠੀ ਹੋ, ਸ਼ਰਾਬੀ ਬੰਦਾ ਡਿੱਗ ਪੈਂਦਾ ਹੁੰਦਾ। ਆਜਾ ਆਜਾ ਆਜਾ, ਬਹੁਤ ਅੱਛੇ ਸਿੱਖ ਗਿਆ, ਸਿੱਖ ਗਿਆ। ਬਹੁਤ ਅੱਛੇ ਵੀਰ, ਬਹੁਤ ਅੱਛੇ। ਐਂ ਐਂ ਸਿੱਖ ਜਾਂਦਾ ਹੁੰਦਾ ਬੰਦਾ, ਚੱਲ ਸਿੱਧਾ। ਯਾਰ ਦਾਰੂ ਜੀ ਪੀ ਕੇ ਤਾਂ ਘੁੰਮਣ ਕੇ ਜੀਆਂ ਬਹੁਤ ਆਉਂਦੀਆਂ, ਐਂ ਲੱਗਦਾ ਜਿਵੇਂ ਬੰਦਾ ਚੰਡੋਲੀਏ ਤੇ ਬੈਠਾ ਹੁੰਦਾ। ਦਾਰੂ ਪੀਣ ਦਾ ਇੱਕੋ ਫਾਇਦਾ, ਬੰਦੇ ਨੂੰ ਫਰੀ ਚ ਝੂਟੇ ਮਿਲ ਜਾਂਦੇ ਆ, ਪਿਆਰ ਵੀ ਬਹੁਤ ਆਉਂਦਾ ਬੰਦੇ ਨੂੰ। ਹਾਏ, ਕੋਈ ਨਾ ਬੰਦਾ ਹਵਾ ਚ ਬੈਠਾ ਚੁੰਮੀਆਂ ਹੀ ਲਈ ਜਾਂਦਾ। ਹਾਏ ਰੋਮੇ ਯਾਰ, ਮੇਰੀ ਉਹਦੇ ਨਾਲ ਵੀਰੇ ਗੱਲ ਹੀ ਕਰਾ ਦੇ ਯਾਰ, ਉਹ ਕੁੜੀ ਨੇ ਅੱਜ ਕਾਲਜਾ ਕੱਢ ਕੇ ਲੈ ਗਈ। ਉਹ ਜੰਗਲੀ ਆਓ ਪਰਿੰਡਾਂ ਦੀ ਖੱਖਰ ਨੂੰ ਹੱਥ ਪਾਉਣ ਨੂੰ ਫਿਰਦਾ ਏ। ਕਿਹੜੀ ਪਰਿੰਡ ਗਿੱਲ? ਰੱਜੀ। ਅੱਛਾ ਅੱਛਾ, ਆਹੋ ਰੱਜੀ ਨਿਆ ਵੀਰ, ਆਹੋ ਨਾ ਫਸਾ ਕਿਸੇ ਗੱਲ। ਕਿਉਂ? ਬਹੁਤ ਆਕੜਾ ਉਸ ਮਾਤਾ ਜੇ ਜੱਟ ਨੇ ਬੰਨਤੀ,
ਫਿਰ ਓ ਹੈਲੋ ਆਕੜ ਹੈ ਮਿਸ਼ਰੀ ਨਹੀਂ ਹੈ ਹਾਏ ਓਏ ਉਹਦਾ ਮੇਰੀ ਮਿਸ਼ਰੀ ਹੈ ਮਿਸ਼ਰੀ ਓਏ ਮਿੰਟੂ ਓਏ ਬੰਦਾ ਪਣ ਮੇਰਾ ਕਿਉਂ ਸੋਚਣ ਦਿਆ ਕਰੀ ਇਹਨਾਂ ਤੂੰ ਯਾਰ ਕੱਲ ਨੂੰ ਜਾ ਕੇ ਮਿਲਿਆ ਹੀ ਉਹਨੂੰ ਹੋਰ ਪਲਿਆ ਵਾਲਾ ਕੀ ਲਿਸਣਾ ਓ ਜੰਗਲੀ ਹੋ ਗਿਆ ਉਹਨੂੰ ਅੰਦਰ ਟਾਈਮ ਇਹਦਾ ਆ ਜਾ ਸਵੇਰ ਨੂੰ ਉੱਠ ਕਰੂ ਇਹ ਲਗਾਣਾ ਕੀ ਗੱਲ ਹੋ ਗਈ ਵੀਰੇ ਯਾਰ ਬਾਈ ਤੁਸੀਂ ਧੱਕੇ ਨਾਲ ਹੀ ਲੰਘ ਲੈਣ ਦੋ ਯਾਰ ਐ ਕਿਵੇਂ ਲੰਘ ਲੈਣ ਦੀ ਏ ਜੱਸੇ ਭਾਈ ਆ ਸਾਡਾ ਐਵੇਂ ਗੱਲ ਨਾ ਵਧਾ ਲਿਓ ਗੱਲ ਤਾਂ ਤੁਸੀਂ ਵਧਾ ਰਹੇ ਹੋ ਕਾਲਜ 'ਚ ਆਊਟਸਾਈਡਰ ਚੱਕੀ ਫਿਰਦੇ ਹੋ ਨਾਲੇ ਕੁੜੀਆਂ ਛੇੜਦੇ ਹੋ ਗੱਲ ਤਾਂ ਹੁਣ ਵਧੂ ਐਡੀ ਵੀ ਗੱਲ ਨਾ ਇੰਟਾਂ ਤਾਂ ਬਰੋਬਰੀ ਚੱਲਣਗੀਆਂ ਗਰਾਊਂਡ 'ਚ ਤਾਂ ਜ਼ੋਰ ਲੱਗਦਾ ਨਹੀਂ ਤੁਹਾਡੇ ਤੋਂ ਕੋਈ ਨਾ ਐਤਕੀ ਇੱਕ ਅੱਧੇ ਨੂੰ ਕੰਡਮ ਕਰਕੇ ਤੁਰਾਂਗੇ ਦੇਖ ਲਾਂਗੇ ਓਏ ਕੌਣ ਕਿਹਨੂੰ ਕੰਡਮ ਕਰਦਾ ਚਲੋ ਸ਼ੇਰਾ ਕੌਣ ਸੀ ਯਾਰ ਇਹ ਧੱਕੇ ਨਾਲ ਹੀ ਗੱਲ ਪੈਂਦੇ ਸੀ ਉਹ ਬਠਿੰਡੇ ਗਰੁੱਪ ਵਾਲੇ ਨੇ ਸਾਡੀ ਇਹਨਾਂ ਨਾਲ ਬਣਦੀ ਨਹੀਂ ਸਾਨੂੰ ਤਾਂ ਨਹੀਂ ਸਾਲੇ ਸਿੱਧੇ ਟੱਕਰਦੇ ਬਸ ਤੈਨੂੰ ਨਵਾਂ ਜਿਹਾ ਦੇਖ ਕੇ ਹਵਾ ਕਰਨ ਲੱਗ ਗਏ ਗੱਲ ਯਾਰ ਕੁਛ ਨਹੀਂ ਬਾਬਾ ਬੁੱਲੇ ਸ਼ਾਹ ਦੇ ਮੇਲੇ 'ਤੇ ਕਬੱਡੀ ਕੱਪ ਹੋਣਾ ਚਾਰ ਸਾਲਾਂ ਤੋਂ ਇਹਨਾਂ ਦੇ ਗਰੁੱਪ ਦੀ ਟੀਮ ਜਿੱਦ ਹੀ ਆਉਂਦੀ ਤਾਂ ਕਰਕੇ ਸਾਲੇ ਚਾਂਬਲੇ ਜੇ ਫਿਰਦੇ ਨੇ ਇਸ ਵਾਰ ਇਹਨਾਂ ਨੂੰ ਕੋਈ ਹਰਾ ਦੇਵੇ ਨਾ ਸਵਾਦ ਆ ਜੇ ਫਿਰ ਤਾਂ ਕੋਈ ਹੋਰ ਕਿਉਂ ਯਾਰ ਆਪਾਂ ਹਰਾਮ ਅਰੁਣ ਤੈਨੂੰ ਕੀ ਲੱਗਦਾ ਐਤਕੀ ਕੱਪ ਕੌਣ ਜਿੱਤੂ ਮੇਲੇ ਹੋਰਾਂ ਦੀ ਟੀਮ 'ਚ ਨਵਾਂ ਖਿਡਾਰੀ ਆਇਆ ਸੁਣਿਆ ਕਿਵੇਂ ਬੰਦਾ ਬਾਕੀ ਦੇਖਦੇ ਹਾਂ ਮੇਲੇ 'ਚ ਕੀ ਹੁੰਦਾ ਨੰਗੇ ਫਿਰਦੇ ਸਿਰ ਤੇ ਲੱਭਣ ਛਾਵਾਂ ਮੈਨੂੰ ਦਾਤਾ ਸਭ ਕੁਛ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ ਸੋ ਬਾਬਾ ਬੁੱਲੇ ਸ਼ਾਹ ਦਾ ਮੇਲਾ ਇਸ ਵੇਲੇ ਆਪਾਂ ਮਨਾ ਰਹੇ ਹਾਂ ਤੇ ਪੰਜਵਾਂ ਕਬੱਡੀ ਕੱਪ ਇਸ ਵੇਲੇ ਹੋਣ ਜਾ ਰਿਹਾ ਤੇ ਫਾਈਨਲ ਮੈਚ ਅੱਜ ਬਠਿੰਡਾ ਤੇ ਲੁਧਿਆਣਾ ਦੀਆਂ ਟੀਮਾਂ ਦੇ ਵਿਚਾਲੇ ਹੋਣ ਜਾ ਰਿਹਾ ਤੇ ਇਸ ਦੇ ਨਾਲ ਹੀ ਸਾਡੇ ਵੱਡੇ ਬਾਈ ਜੀ ਪੰਜਾਬ ਪਾਰਟੀ ਦੇ ਯੂਥ ਆਗੂ ਰਣਦੀਪ ਸਿੰਘ ਰਾਣਾ ਜੀ ਵੀ ਪਹੁੰਚ ਚੁੱਕੇ ਨੇ ਸਾਡੀ ਕਮੇਟੀ ਫੁੱਲਾਂ ਨਾਲ ਇਹਨਾਂ ਦਾ ਸਵਾਗਤ ਕਰ ਰਹੀ ਹੈ ਸੋ ਤਾੜੀਆਂ ਜ਼ਰੂਰ ਮਾਰਦੇ ਮੇਰੇ ਵੀਰੇ ਰੈਫਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਮੈਚ ਨੂੰ ਸ਼ੁਰੂ ਕਰਵਾਇਆ ਜਾਵੇ ਤੇ ਅਸੀਂ ਰਾਣਾ ਸਾਹਿਬ ਦੀ ਇਜਾਜ਼ਤ ਚਾਹਾਂਗੇ ਮੈਚ ਸ਼ੁਰੂ ਕਰਵਾਉਣ ਲਈ ਸ਼ੁਕਰੀਆ ਸੋ ਕਹਿੰਦੀ ਮੇਲੇ ਵਿੱਚ ਉੱਡਦੀ ਮੈਂ ਧੂੜ ਦੇਖਣੀ ਲੈ ਜਾਵੇ ਮਾਈਆ ਮੈਨੂੰ ਬਾਬੇ ਬੁੱਲੇ ਦੇ ਮੇਲੇ ਮੈਂ ਉੱਥੇ ਕੌਡੀ ਪੈਂਦੀ ਜ਼ਰੂਰ ਦੇਖਣੀ ਉੱਥੇ ਕੌਡੀ ਲਓ ਵੀ ਸ਼ੁਕਰ ਹੋ ਕਰੋ ਸੇਵ ਹੁਣੇ ਰੁਕ ਜਾ ਇੱਕ ਮਿੰਟ ਇੱਕ ਸ਼ੀਸ਼ੀ ਹੋਰ ਪਾ ਅੱਜ ਵੱਧ ਡੋਜ਼ ਦੀ ਲੋੜ ਆ ਆਹ ਕੀ ਪਈ ਜਾਂਦੇ ਹੋ ਓਏ ਪ੍ਰੋਟੀਨ ਆ ਆਹੀ ਪੀ ਕੇ ਤਾਂ ਤੂੰ ਮੈਚਾਂ 'ਚ ਹਨੇਰੀ ਬੰਨਦਾ ਰਿਹਾ ਤੇ ਜਾਨ ਹੈ ਮੇਰੇ ਵੀਰਿਓ ਤੇ ਗੱਭਰੂ ਪਹੁੰਚ ਚੁੱਕੇ ਨੇ ਖੇਡ ਮੈਦਾਨ ਦੇ ਵਿੱਚ ਪਰ ਲੁਧਿਆਣੇ ਵਾਲੇ ਕਿਤੇ ਨਹੀਂ ਦਿਖ ਰਹੇ ਤੇ ਸਾਡੀ ਇਹ ਆਖਰੀ ਵਾਰਨਿੰਗ ਹੈ ਉਹਨਾਂ ਨੂੰ ਕਿ ਜੇ ਉਹ 5 ਮਿੰਟਾਂ 'ਚ ਨਾ ਪਹੁੰਚੇ ਤਾਂ ਟੀਮ ਸਕ੍ਰੈਚ ਕਰ ਦਿਆਂਗੇ ਫੇਰ ਨਾ ਕਿਹੋ ਉਹ ਛੇਤੀ ਕਰੋ ਯਾਰ ਸਕ੍ਰੈਚ ਹੋ ਜੂਗੀ ਫੇਰ ਟੀਮ ਪਹੁੰਚਦੀ ਕਰ ਦੋ ਸਟੇਜ ਦੇ ਉੱਤੇ ਕਿਉਂਕਿ ਚਾਹ ਨਾਲ ਸਰੀਰ ਕੈਮ ਰਹਿੰਦਾ ਚਾਹ ਨਾਲ ਗਲਾ ਖੁੱਲਾ ਰਹਿੰਦਾ ਤੇ ਤਾਂ ਹੀ ਕਮੈਂਟਰੀ ਹੁੰਦੀ ਆ ਜੇ ਕਮੈਂਟਰੀ ਹੋਊ ਤਾਂ ਮੈਚ ਚੱਲੂਗਾ ਸੋ ਲੁਧਿਆਣੇ ਵਾਲੇ ਵੀ ਪਹੁੰਚ ਗਏ ਨੇ ਖੇਡ ਮੈਦਾਨ ਦੇ ਵਿੱਚ ਕਲੀ ਨੂੰ ਲਾ ਕੇ ਹੱਥ ਟੇਕਦੇ ਆ ਮੱਥਾ ਤੇ ਦੋਵੇਂ ਟੀਮਾਂ ਆਮੋ ਸਾਹਮਣੇ ਹੋ ਗਈਆਂ ਨੇ ਮੁੰਡੇ ਵਰਜਿਸ਼ ਕਰ ਰਹੇ ਨੇ ਵਾਰਮ ਅਪ ਹੋ ਰਹੇ ਨੇ ਦੇਖਦੇ ਆ ਕੌਣ ਐਤਕੀ ਚੱਲਿਆ ਗੁਰੀ ਢਿੱਲੋਂ ਰੇਡ ਪਾਉਣ
ਸਕੂ ਭਾਈ ਜਿੰਦਾਬਾਦ ਓ ਜੇ ਤੂੰ ਨਾ ਮੰਨੀ
ਬਾਈ ਇੱਕ ਲਲਕਿਆਰਾ ਨੇ ਹਾਕੇ ਨਾਮ ਪੇ ਮਾਰਦੇ ਹਾਂ ਇੱਥਾ ਹੀ ਰਹਾ 105 ਨੰਬਰ ਕਮਰੇ ਮਾਂ ਨੂੰ ਥਾਰਿਆ ਮਾਰਿਆ ਸੜਿਆ ਮਰਾਨਾ ਦੀ ਬੜਨ ਓਏ 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 ਵੜਨਾ ਕੀ ਵੜਨਾ ਓ ਭਾਈ ਓ ਬੈਠ ਮੈਂ ਵੀ ਮਰ ਮਾਰੂ ਸੜੇ ਦੀ ਮੁੱਛ ਤੇ ਓਏ ਚੱਲ ਉਹ ਆ ਗਈ ਸੱਗੂ ਬਾਈ ਜਿੰਦਾਬਾਦ ਸੱਗੂ ਬਾਈ ਸਿਕਿਉਰਿਟੀ ਕਹਾਂ ਮਰ ਗਏ ਹਾਂਜੀ ਮੈਡਮ ਹਾਂਜੀ ਕਹਾਂ ਥੇ ਤੁਮ ਕੌਨ ਥੇ ਯੇ ਬਦਤਮੀਜ਼ ਉਧਰ ਸੋ ਗਏ ਤੁਮ ਸੋਤੇ ਰਹਾ ਕਰੋ ਜਬ ਦੇਖੋ ਡਿਊਟੀ ਹੈ ਕੋਈ ਤੁਮਾਰੀ ਬਦਤਮੀਜ਼ ਕੁੜੀਆਂ ਦੇ ਹੋਸਟਲ ਜਾ ਕੇ ਲਲਕਾਰੇ ਮਾਰਦਾ ਸਰ ਮੈਂ ਨਹੀਂ ਮਾਰੇ ਜੀ ਲਲਕਾਰੇ ਔਰ ਕਿਸਨੇ ਮਾਰੇ ਲਲਕਾਰੇ ਤੂੰ ਹੀ ਤੋ ਮਾਰ ਰਹਾ ਥਾ ਨਾ ਸਰ ਜੀ ਇਹ ਤੋ ਮੁਝੇ ਵੀ ਉਠਾਨੇ ਕੀ ਬਾਤ ਕਰ ਰਹਾ ਥਾ ਅਬ ਉਠਾ ਉਠਾ ਸਰ ਕੇ ਸਾਹਮਨੇ ਸਾਡੇ ਹੁੰਦੇ ਆ ਇਹ ਕਿਵੇਂ ਚੱਕ ਲੂਗਾ ਸਰ ਐਕਸਕਿਊਜ਼ ਮੀ ਸਰ ਮੇਰਾ ਮਤਲਬ ਮੈਡਮ ਨਾਲ ਬੱਤਮੀ ਜੀ ਮੈਂ ਤੈਨੂੰ ਰੈਸਟੀਗੇਟ ਕਰ ਦੂੰਗਾ ਸਰ ਰੈਸਟੀਗੇਟ ਨਾ ਕਰਿਓ ਸਰ ਪਲੀਜ਼ ਸਰ ਸਰ ਸ਼ਟ ਅਪ ਐਂਡ ਗੈਟ ਆਊਟ ਕਾਲ ਯੂਰ ਪੇਰੈਂਟਸ ਪਤੰਦਰ ਤੁਸੀਂ ਸੀ ਯਾਰ ਸੱਗੂ ਸਾਹਿਬ ਰੱਜੀ ਸਾਡੀ ਭਰਜਾਈ ਹੈ ਪਹਿਲਾਂ ਦੱਸ ਦਿੰਦੇ ਹੁਣ ਪਤਾ ਲੱਗ ਗਿਆ ਮਾਫ਼ੀ ਮੰਗ ਸੋਰੀ ਯਾਰ ਬਾਈ ਉਹ ਮੈਥੋਂ ਨਹੀਂ ਤੇਰੀ ਭਰਜਾਈ ਤੋਂ ਹੁਣ ਇਹ ਮੰਗ ਲੈਂਦੇ ਆਈ ਐਮ ਵੈਰੀ ਸੋਰੀ ਗੱਭਰੂ ਨੂੰ ਤੂੰ ਮਰ ਜਾਣੀਏ ਪੌਰ ਤੇਰੇ ਉੱਤੇ ਲਾਉਂਦਾ ਗੇੜੇ ਫੁੱਲਾਂ ਦੀ ਟਾਣੀਏ ਵਿਕਾਰਤੀ ਦੀਵਾਨੀ ਵੇ ਤੂੰ ਕੁੜੀ ਪੱਟ ਹੋਣਿਆ ਲੱਗੇ ਜਾਲੋ ਪਿਆਰਾ ਹੁਣ ਤੱਤੜੀ ਨੂੰ ਸੋਹਣਿਆ ਕੱਲੇ ਲੱਗਦਾ ਨੀ ਚਿੱਤ ਦਿਲ ਸਹਿੰਦਾ ਨੀ ਅਵਿੱਥ ਕਾਹਦਾ ਕਰੀ ਇਕਰਾਰ ਲਿਆ ਕਰਕੇ ਪਿਆਰ ਲਿਆ ਹਾਏ ਵੇ ਨੀਂਦ ਰਾਤਾਂ ਵਾਲੀ ਉੱਡੀ ਫਿਰਦੀ ਤੈਨੂੰ ਕਰਕੇ ਪਿਆਰ ਲਿਆ ਹੋ ਪਹਿਲੀ ਵਾਰੀ ਗਿਣ ਰਾਤ ਤਾਰੇ ਸਾਰੀ ਰਾਤ ਨੀ ਸਾਰੀ ਰਾਤ ਦੱਸੀ ਤੇਰੀ ਤਾਰਿਆਂ ਨੂੰ ਬਾਤ ਨੀ ਜਾਗੋ ਮਿੱਟੀ ਵਿੱਚ ਰਹੀ ਸੁਪਨਾ ਉਡੀਕਦੀ ਸਹਿਬ ਸਹਿਬ ਕੱਟੀ ਵੇ ਮੈਂ ਕੜੀ ਚਾਤੀ ਸਾਰੀ ਰਾਤ ਨੀ ਸਾਰੀ ਰਾਤ ਦੱਸੀ ਤੇਰੀ ਤਾਰਿਆਂ ਨੂੰ ਬਾਤ ਨੀ ਜਾਗੋ ਮਿੱਟੀ ਵਿੱਚ ਰਹੀ ਸੁਪਨਾ ਉਡੀਕਦੀ ਸਹਿਬ ਸਹਿਬ ਕੱਟੀ ਵੇ ਮੈਂ ਕੜੀ ਚਾਤੀ ਸੁਤਾ ਰਹੀ ਤੇਰੇ ਵਿੱਚ ਰਾਤ ਲੰਘੀ ਜਾਂਦਾ ਵਿੱਚ ਨੀ ਉਹ ਨੀਂਦਰੇ ਨੇ ਮਾਰ ਲਿਆ ਹਾਏ ਨੀਂਦ ਰਾਤਾਂ ਵਾਲੀ ਉੱਡੀ ਫਿਰਦੀ ਤੈਨੂੰ ਕਰਕੇ ਪਿਆਰ ਲਿਆ ਹਾਏ ਵੇ ਨੀਂਦ ਰਾਤਾਂ ਵਾਲੀ ਉੱਡੀ ਫਿਰਦੀ ਤੈਨੂੰ ਕਰਕੇ ਪਿਆਰ ਲਿਆ ਫਿਰਦਾ ਹਾਲਾਤਾਂ ਨਾਲ ਲੜਦਾ ਜਵਾਨੀ ਕਾਜੇ ਨਾ ਖਿੰਦੀ ਖੇਹ ਫੁੱਟੀ ਕਰ ਪਾਣੀ ਨੀਂਦ ਪਿੱਛੋਂ ਮਿਲਣੇ ਨੂੰ ਕਰ ਤੈਨੂੰ ਜੀਵੇ ਖੋਰੇ ਪੱਟ ਹੋਣਿਆ ਤੂੰ ਕੀਤਾ ਮੈਨੂੰ ਕੀਵੇ ਹੋ ਫਿਰਦਾ ਹਾਲਾਤਾਂ ਨਾਲ ਲੜਦਾ ਜਵਾਨੀ ਕਾਜੇ ਨਾ ਖਿੰਦੀ ਖੇਹ ਫੁੱਟੀ ਕਰ ਪਾਣੀ ਨੀਂਦ ਪਿੱਛੋਂ ਮਿਲਣੇ ਨੂੰ ਕਰ ਤੈਨੂੰ ਜੀਵੇ ਖੋਰੇ ਪੱਟ ਹੋਣਿਆ ਤੂੰ ਕੀਤਾ ਮੈਨੂੰ ਕੀਵੇ ਪੌਂਦੀ ਕਾਲਜੇ ਨੂੰ ਖਿੱਚ ਤੇਰੀ ਪਰੀਆਂ ਦੀ ਦੇਖਣੀ ਮੈਂ ਹੱਡੀਆਂ ਨੂੰ ਖਾਰ ਲਿਆ ਤੈਨੂੰ ਕਰਕੇ ਪਿਆਰ ਲਿਆ ਹਾਏ ਵੇ ਨੀਂਦ ਰਾਤਾਂ ਵਾਲੀ ਉੱਡੀ ਫਿਰਦੀ ਤੈਨੂੰ ਕਰਕੇ ਪਿਆਰ ਲਿਆ ਬਾਈ ਕਿਹੜੀ ਲੈਣੀ ਆ ਦੇਸੀ ਲੈ ਲਾ ਅੰਗਰੇਜ਼ੀ ਪੀ ਕੇ ਤਾਂ ਸਾਰਾ ਦਿਨ ਕੱਟੇ ਵਾਂਗੂ ਪੈ ਰਹਿਣਗੇ ਦੇਸੀ ਚੋਂ ਕਿਹੜੀ ਲੈਣੀ ਆ ਸੰਤਰਾ ਦੇਈ ਫਿਰ ਜੀ ਇੱਕ ਹੋਰ ਦੇ ਦੇ ਯਾਰ ਆਲੋ ਜੀ
ਬੱਚੀ ਭੱਜ ਓਏ। ਉਹ ਠੇਕੇ ਤੇ ਜੱਸੇ ਹੋਰੀ ਬੱਚੀ ਨੂੰ ਕੁੱਟ ਰਹੇ ਨੇ। ਤੂੰ ਸਾਲਿਆ ਉਹਨੂੰ ਇਕੱਲੇ ਨੂੰ ਛੱਡਿਆ। ਬੱਚੀ ਓਏ ਬੱਚੀ ਉੱਠ, ਕੁਛ ਨਹੀਂ ਹੁੰਦਾ। ਚੱਲ ਚੱਕ 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 ਚੱਲ ਮੇਰਾ ਵੀਰ ਚੱਲ ਆ, ਤਕੜਾ ਹੋ, ਤਕੜਾ ਰਹਿ, ਉਸਲਾ ਰੱਖ। ਮਰ ਗਿਆ ਜੰਗਲੀ, ਜੰਗਲੀ ਅੱਗੇ ਹੋਰੇ ਆ ਜਾ। ਚੱਕ ਚੱਕ ਆਰਾਮ ਤੇ ਬੱਚੀ, ਜੰਗਲੀ ਉੱਤੇ ਹੋ। ਮਰ ਗਿਆ ਓਏ, ਬਚਾ ਕੇ ਚੱਲ ਜਾ, ਚੱਲ ਜਾ, ਇਹਨੂੰ ਫੜ ਕੇ ਇਹ ਬਫੜਾ ਬਾਹਰ। ਡਰਪੋਕ ਬੰਦੇ ਲਈ ਕੋਈ ਜਗ੍ਹਾ ਨਹੀਂ, ਨਾ ਜਿਪਸੀ ਚ ਨਾ ਦਿਲ ਚ। ਮਿੰਟੂ ਬਾਈ, ਆ ਕੀ ਹੋ ਗਿਆ? ਲੜਾਈ ਹੋ ਗਈ ਬਾਈ। ਕਿਹਦੇ ਨਾਲ? ਉਹ ਪਤਾ ਨਹੀਂ ਦੁੱਧ ਜਿਹਾ ਸਾਲਾ, ਅਸੀਂ ਅੱਡੇ ਨੂੰ ਤੁਰੇ ਜਾ ਰਹੇ ਸੀ, ਪਤਾ ਨਹੀਂ ਸਾਲੇ ਨੇ ਕਿੱਥੋਂ ਮੋਟਰਸਾਈਕਲ ਦਾ ਟਾਇਰ ਲਿਆ ਕੇ ਮੇਰੇ ਪੈਰ 'ਤੇ ਚੜਾ ਤਾ। ਮੈਨੂੰ ਗੁੱਸਾ ਚੜ ਗਿਆ, ਮੈਂ ਗੱਲ ਕਰਤੀ ਯਾਰ, ਗੱਲ ਕੀ ਵੱਧ ਗਈ ਜੀ। ਭੈਣ ਦੀ ਛੱਡਦਾ ਨਹੀਂ ਸਾਲਿਆਂ ਨੂੰ, ਰਹਿਣ ਦੇ ਮਟੀਰੀਅਲ ਛੱਡਦੇ। ਐਂ ਕਿਵੇਂ ਛੱਡਦਾ ਸਾਲਾ, ਜਿਹੜਾ ਖੜਾ ਗਲਾ ਮੈਨੂੰ ਹੱਥ ਪਾਉਣ ਲੱਗਿਆ, ਕੱਲ੍ਹ ਕੋਈ ਹੋਰ ਪਾਊ। ਚੱਲੋ ਬੱਕੀ ਮੇਰੇ ਨਾਲ। ਉਹ ਰਹਿਣ ਦੇ ਯਾਰ ਮਿੰਟੂ, ਕਿਹੜਾ ਇੰਨਾ ਚ ਬਾਈ? ਉਹ ਆ ਸਾਲਾ ਬੱਗਾ ਜਾ। ਬਸ
जे लड़ता नहीं ना एदा मतलब ये नहीं कि डरपोक है। सची दस किथे चली है मेरी प्रीति सपरवी पिंड चली है यार छुट्टियां ने यार इन्ने दिन तेरे बिन मेरा दिल किवें लगू अच्छा अच्छा सारा दिन ता मेरे कोल ही बैठा रहना ना तू दिल लगाने वास्ते है ना तेरे नशेड़ी दोस्त यार तू पिंड जाना जावड़ पर मेरे दोस्तों नु नशेड़ी ना कह ये तो बेचारे वैष्णु ने पानी भी पुण पुण पींदे आशीशी खोली यार पता नहीं केड़ी लुक लाती टक्कर नु खुलदा ही नहीं खंग दी दवाई है बीमार है बेचारा ही रात दा चल मैं छड़ के आना तेनू तू एदी खंग ठीक कर मैं आपे चल जाऊं ओए जिंदे जी तो मैं ही छड़ के आऊं तू केरा कट के बखी नू फड़ फिर दे तेनू 15 मिनट पिंड पहुंचाना मिंटू तू मेनू बस स्टैंड ते छड़ दे बस फिर दा यारा दी बखी अहीं चलू हौली हौली सहजे सहजे
ਨਹੀਂ ਖੋਦੇ ਆ ਅਸੀਂ ਪੁੱਤ ਡਾਕੂਆਂ ਦੇ ਆਉ ਪੱਗ ਕਤੀੜਾਂ ਦਾ ਸ਼ਹਿਰਾਂ ਨਾਲ ਨਹੀਂ ਰਲਦਾ ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ ਆਉ ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ ਦਿਮਾਗ ਤੋਂ ਕੰਮ ਲੈ ਗਿਆ ਮਿੰਟੂ ਅੱਜ ਤੋਂ ਵਧੀਆ ਕੀਤਾ ਨਿਕਲ ਆਇਆ ਗੁੱਡ ਐਕਸੀਲੈਂਟ ਆਇਆ ਤਾਂ ਪਹਿਲਾਂ ਵਾਂਗੂ ਭੱਜ ਕੇ ਹੀ ਆ ਨਾ ਫਰਕ ਹੈ ਇਸ ਵਾਰ ਭੱਜ ਕੇ ਤੂੰ ਦਲੇਰੀ ਦਾ ਸਬੂਤ ਦਿੱਤਾ ਹੈ ਹੋਰ ਇੰਨੇ ਬੰਦਿਆਂ ਚੋਂ ਬਚ ਕੇ ਨਿਕਲਣਾ ਕਿਤੇ ਸੌਖੀ ਗੱਲ ਪਈ ਹੈ ਆਹ ਤੇਰੀ ਜਗ੍ਹਾ 'ਤੇ ਜੰਗਲੀ ਹੁੰਦਾ ਨਾ ਸਾਲੇ ਥਮਾ ਥਮਾ ਕਰਕੇ ਦਮ ਚੜਾ ਲੈਣਾ ਸੀ ਤੁਹਾਨੂੰ ਕੀ ਪਤਾ ਮਾਰੇ ਦਮ ਕਾ ਮਾਰਾ ਪੂਰਾ ਲਾਣਾ ਰੇਸਰਾਂ ਕਾ ਲਾਣਾ ਵਜਾਂ ਕੀ ਗੱਲਾਂ ਕਰ ਰਿਹਾ ਮੇਰੇ ਯਾਰਾ ਤਾਂ ਹੀ ਪਿੰਡ ਕੇ ਜਵਾਕ ਥਮਾ ਮੇਲ ਪੀਟੀ ਉਸਾ ਕਹਾਂ ਮਿੰਟੂ ਦੁਸ਼ਮਣਾਂ ਦੀ ਲਿਸਟ ਖਾਸੀ ਲੰਬੀ ਹੋ ਗਈ ਯਾਰ ਆਪਾਂ ਕਿਹੜਾ ਕਿਸੇ ਦੇ ਘਰੇ ਕਾਰਡ ਦੇਣ ਜਾਂਦੇ ਹਾਂ ਵੀ ਆ ਜਾਓ ਦੁਸ਼ਮਣੀ ਕਰੀਏ ਅਗਲਾ ਆਪ ਪਹਿਲ ਕਰਦਾ ਆਪਾਂ ਇੰਨੇ ਕੋਲ ਤਾਂ ਹੈ ਨਹੀਂ ਵੀ ਅਗਲਾ ਥੱਪੜ ਵੀ ਲਾ ਜੇ ਅਤੇ ਮਾਫ਼ੀ ਵੀ ਅਸੀਂ ਉਹ ਮੰਗੀਏ ਪਰ ਫਿਰ ਵੀ ਯਾਰ ਹੈ ਤਾਂ ਖਤਰਾ ਹੀ ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪੈਣਾ ਹੈਗਾ ਹੱਲ ਆਹ ਚੰਗਾ ਕੀਤਾ ਤੁਸੀਂ ਭਾਲਦਾ ਸੀ ਇੰਨੀ ਕੁ ਸਰਵਿਸ ਉਹ ਨਾਲੇ ਇੰਨੇ ਨਾ ਦੂਜੇ ਦਬੇ ਰਹਿਣਗੇ ਤੁਹਾਡੇ ਤੋਂ ਗੰਦ ਪਾ ਰੱਖਿਆ ਸੀ ਸਾਲਿਆਂ ਨੇ ਹਾਂਜੀ ਹਾਂ ਇਹ ਤਾਂ ਹੈ ਇਹਨੂੰ ਤਾਂ ਮਸਾਂ ਰੋਕਿਆ ਹੀ ਅਸੀਂ ਇਹਨੂੰ ਤਾਂ ਕਰਤੀ ਸਾਰੀ ਮਾਰਕੀਟ ਜਲੇਬੀਆਂ ਖਾਣ ਜੋਗੀ ਉਹ ਮੁੰਡੇ ਨੇ ਕੰਮ ਵੀ ਦਲੇਰੀ ਵਾਲਾ ਕੀਤਾ ਫਿਰ ਬਾਜੀ ਬਾਕੀ ਖਿਆਲ ਤੁਸੀਂ ਰੱਖਣਾ ਹੁਣ ਬੇਫਿਕਰ ਹੋ ਜਾਓ ਖੁੱਲੀ ਛੋਟ ਆ ਤੁਹਾਨੂੰ ਕੋਈ ਤੁਹਾਡੇ ਵੱਲ ਝਾਕਦਾ ਨਹੀਂ ਤੁਸੀਂ ਮੇਰਾ ਸਾਥ ਦੇਈ ਚੱਲੋ ਮੈਂ ਤੁਹਾਡਾ ਦੇਈ ਚੱਲੂ ਕਿਉਂ ਵੀ ਖਿਡਾਰੀ ਠੀਕ ਹੈ ਨਾ ਫਿਰ ਹਾਂਜੀ ਬੈਲ ਪੁਣੇ ਦੇ ਰਿਕਾਰਡ ਸਾਰੇ ਤੋੜ ਕੇ ਨਿਆਉਂਦਿਆਂ ਸਮੇਤ ਭਾਜੀ ਮੋੜ ਕੇ ਬੈਲ ਪੁਣੇ ਦੇ ਰਿਕਾਰਡ ਸਾਰੇ ਤੋੜ ਕੇ ਨਿਆਉਂਦਿਆਂ ਸਮੇਤ ਭਾਜੀ ਮੋੜ ਕੇ ਚੋਟੀ ਦੇ ਉਡਾਰ ਭੁੰਜੇ ਲਾਉਣੇ ਜੱਟ ਨੇ ਨੀ ਅੱਜ ਮਰਜ਼ੀ ਦੇ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ ਨੀ ਅੱਜ ਮਰਜ਼ੀ ਦੇ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ ਨੀ ਅੱਜ ਮਰਜ਼ੀ ਦੇ ਬਿਨਾਂ ਗੱਲਾਂ ਲਲਕਾਰੇ ਨਹੀਂ ਮਾਰਦੇ ਬਾਲੇ ਤੱਤੇ ਜੋ ਬਲਾਡੇ ਉਹੀ ਠਾਰਦੇ
ਵੱਡੇ ਬੈਲੀਆਂ ਦੇ ਕਾਲਜੇ ਮਚਾਉਣੇ ਜੱਟ ਨੇ ਨੀ ਅੱਜ ਮਰਜ਼ੀ ਦੇ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ ਨੀ ਅੱਜ ਮਰਜ਼ੀ ਦੇ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ ਨੀ ਅੱਜ ਮਰਜ਼ੀ ਦੇ ਦੇਖ ਮਿੰਟੂ ਇਹਨਾਂ ਕੰਮਾਂ 'ਚ ਕੁਛ ਨਹੀਂ ਰੱਖਿਆ ਤੂੰ ਛੱਡ ਦੇ ਤੂੰ ਪਹਿਲਾਂ ਵਾਲੇ ਮਿੰਟੂ ਅਤੇ ਹੁਣ ਵਾਲੇ ਮਿੰਟੂ 'ਚ ਵੇਖ ਕਿੰਨਾ ਫਰਕ ਹੈ ਕਿੰਨਾ ਵਧੀਆ ਪਲੇਅਰ ਸੀ ਤੂੰ ਤੂੰ ਕਿਉਂ ਆਪਣੇ ਆਪ ਨੂੰ ਬਰਬਾਦ ਕਰਨ 'ਤੇ ਤੁਲਿਆ ਹੋਇਆ ਇਹਨਾਂ ਰਾਹਾਂ 'ਤੇ ਸਿਰਫ ਦੁੱਖ ਅਤੇ ਤਕਲੀਫ ਹੀ ਮਿਲੂ ਅਤੇ ਵੇਖੀ ਕਿਤੇ ਆਪਣੇ ਚਾਹੁਣ ਵਾਲੇ ਨੂੰ ਨਾ ਗਵਾ ਬੈਠੀ ਮੈਂ ਕਿਹੜਾ ਜਾਣ ਬੁੱਝ ਕੇ ਕਰਦਾ ਰੱਜੀ ਮੈਂ ਬਹੁਤ ਕੋਸ਼ਿਸ਼ ਕਰਦਾ ਇਹਨਾਂ ਹਾਲਾਤਾਂ 'ਚੋਂ ਬਾਹਰ ਨਿਕਲਣ ਦੀ ਪਰ ਨਿਕਲਿਆ ਨਹੀਂ ਜਾਂਦਾ ਅਤੇ ਹਾਲਾਤਾਂ ਨੂੰ ਵੀ ਤਾਂ ਤੂੰ ਹੀ ਬਦਲਣਾ ਹੈ ਨਾ ਤੂੰ ਇੱਕ ਵਾਰੀ ਕੋਸ਼ਿਸ਼ ਤਾਂ ਕਰਕੇ ਦੇਖ ਮੈਂ ਤੇਰਾ ਸਾਥ ਦਊਂ ਮੈਂ ਕੋਸ਼ਿਸ਼ ਕਰੂੰ ਅਤੇ ਨਾਲ ਇਹ ਹੁਲੀਆ ਵੀ ਚੇਂਜ ਕਰ ਲੈ ਬਹੁਤ ਫਨੀ ਆ ਇਹਦਾ ਯਾਰ ਸੰਜੇ ਦਾ ਅੱਧਾ ਸਟਾਈਲ ਹੈ ਮਿੰਟੂ ਹਾਂ ਪਿੰਡ ਜਾਣਾ ਆਪਾਂ ਕਿਉਂ ਆਪਣੀ ਸੂਬੇ ਕਹਿਣ ਲੜਾਈ ਹੋ ਗਈ ਇਹ ਆਖਰੀ ਹੈ ਰੱਜੀ ਜੇ ਨਾ ਗਿਆ ਤਾਂ ਦਿਲ 'ਤੇ ਬੋਝ ਰਹੋ ਟੈਨਸ਼ਨ ਕੀ ਹੈ ਹੁਣ ਲੱਕੜ ਵੱਡੀ ਸੀ ਨਾ ਲਾਣੇਦਾਰ ਹੋਣਾ ਨੇ ਸੂਬਾ ਆਪਾਂ ਨੂੰ ਚੱਕ ਨਹੀਂ ਦੇ ਰਿਹਾ ਮੋਟਰ 'ਤੇ ਲਾਉਣ ਪਿਆ ਵਾਧੂ ਦਾ ਸਾਲੇ ਸ਼ੋਰ ਜੀ ਆ ਗਏ ਛੱਡਿਓ ਨਾ ਜਨ ਨੂੰ ਕਸਰ ਰਹਿ ਗਈ ਹਲੇ ਕਸਰ ਤਾਂ ਕਦੇ ਛੱਡੀ ਨਹੀਂ ਪੁੱਤ ਲੱਗਦਾ ਤੇਰੇ 'ਚ ਹਲੇ ਬਾਕੀ ਹੈ ਕੱਢਣੀ ਪਓ ਜਿਵੇਂ ਤੇਰੇ ਪਿਓ ਦੀ ਗੱਡੀ ਸੀ ਅੱਜ ਫਿਰ ਪਿਓ ਦੇ ਪੁੱਤ ਨੂੰ ਮਿਲ
ਨਾ ਮੇਰਾ ਪੁੱਤ, ਉਹ ਨਾ ਪੁੱਤ, ਬਖਸ਼ ਦੇ ਇਹਨੂੰ। ਏ ਹੋਰ ਤਾਂ ਹੋਰ ਆਪਣਾ ਜੰਗਲੀ ਮੰਗਲ ਪਾਂਡੇ ਬਣਿਆ ਫਿਰਦਾ ਸੀ। ਥਵੇਂ ਮਜ਼ਾਕ ਲੱਗ ਰਿਹਾ ਗਿੱਲ, ਚਾਰ ਬੰਦੇ ਫੈਂਟਿਆ ਮਾਨੇ ਅੱਜ। ਚੱਲ ਫਿਰ ਠੀਕ ਹੈ, 15 ਅਗਸਤ ਵਾਲੇ ਦਿਨ ਤੈਨੂੰ ਸਨਮਾਨਿਤ ਕਰ ਦਾਂਗੇ। ਦੇਸ਼ ਭਗਤੀ ਕੀ ਤਰ੍ਹਾਂ ਯਾਰੀ ਭਗਤੀ ਕੀ ਗੱਲ ਆ ਗਿੱਲ? ਯਾਰੀ ਭਗਤੀ ਹੋਏ ਕਿਹੜੇ ਪਹਾੜ ਤੇ ਹੁੰਦੀ ਆ ਗਿੱਲ? ਕੀ ਗਿੱਲ? ਉਹ ਬਾਈ ਜੀ ਤੁਹਾਡੀ ਇਹ ਇੱਛਾ ਵੀ ਪੂਰੀ ਹੋ ਜਾਣੀ ਸੀ ਜੇ ਉਹਨਾਂ ਦਾ ਕੋਈ ਬੰਦਾ ਬੰਦਾ ਮਰ ਜਾਂਦਾ। ਉਹ ਨਾਲੇ ਤੁਸੀਂ ਥੋੜਾ ਹਿਸਾਬ ਨਾਲ ਰਿਹਾ ਕਰੋ, ਇੰਨਾ ਖਲਾਰਾ ਸਾਹਮਣਾ ਬਹੁਤ ਔਖਾ। ਕੀ ਕਰਨਾ ਮਿੰਟੂ, ਘਰਦਿਆਂ ਨੂੰ ਤੰਗ ਕਰਨਗੇ ਸਾਲੇ। ਪੇਸ਼ ਹੋ ਜੀਏ। ਹਾਂ ਕਾਲੇ। ਹਾਂ ਬਾਬੂ, ਪਹੁੰਚ ਗਏ ਅਸੀਂ। ਅੱਛਾ, ਉਹਨੇ ਕੋਈ ਗੜਬੜ ਤਾਂ ਨਹੀਂ ਕੀਤੀ? ਲੈ ਆਏ ਕਿ ਮੈਂ ਕਰ ਦੂ ਗੜਬੜ। ਮੈਨੂੰ ਦੇਖ ਕੇ ਤਾਂ ਇਹ ਸਾਂ ਵੀ ਗਿਣ ਗਿਣ ਕੇ ਲੈ ਰਿਹਾ। ਉਹ ਬਹੁਤ ਹੀ ਸ਼ੇਕੀ ਨਾ ਮਾਰ ਓਏ, ਤੇਰੇ ਵਰਗੇ ਬਥੇਰਾ ਤਾਂ ਸਭ ਬੰਦ ਕਰ ਚੁੱਕਿਆ ਹੈ। ਭਾਊ ਦਾ ਵੀ ਕਰ ਲਿਆ ਮੈਂ ਤੇਲ ਪਾਣੀ ਚੈੱਕ, ਬਸ ਭਾਰੀ ਭਾਰੀ ਡਾਇਲੋਗ ਮਾਰਨ ਵਾਲਾ ਹੀ ਹੈ। ਹੋਏ ਤੋਂ ਡਰੀ ਜਾਂਦਾ ਹੈ, ਐਡਾ ਦੱਸ ਇਹ ਕਿਹੜਾ ਖਿਲਜੀ ਹੈ। ਚੱਲ ਸੂਬੇ ਹੋਣਾਂ ਦੀ ਮਾਰ ਕੁੱਟ ਵਾਲੇ ਮੁਕੱਦਮੇ 'ਚ ਮੈਂ ਅਤੇ ਬੱਬੀ ਆਪੇ ਜਾ ਕੇ ਪੇਸ਼ ਹੋ ਗਏ। ਕੇਸ ਚਾਹੇ ਛੋਟਾ ਸੀ ਪਰ ਸੀ ਕਸੂਤਾ, ਇਸ ਲਈ ਬਾਪੂ ਅਤੇ ਤਾਏ ਨੇ DSP ਨੂੰ ਪੈਸੇ ਚੜ੍ਹਾ ਕੇ ਸਾਡਾ ਨਾਮ 2 ਨੰਬਰ ਖਾਨੇ 'ਚ ਪਵਾ ਦਿੱਤਾ, ਜਿਸ ਕਰਕੇ ਸਾਡੀ ਜ਼ਮਾਨਤ ਛੇਤੀ ਹੋ ਗਈ। ਜ਼ਮਾਨਤ ਤੋਂ ਬਾਅਦ ਮੈਂ ਪਿੰਡ ਜਾਣ ਦੀ ਬਜਾਏ ਸਿੱਧਾ ਮਲੋਟ ਆ ਗਿਆ। ਤੂੰ ਸ਼ਾਮ ਨੂੰ 4 ਵਜੇ ਤੱਕ ਆ ਜਾ ਪੱਕਾ। ਅੱਛੀ ਅੱਛੀ ਅੱਛੀ, ਕੀ ਹਾਲ ਹੈ? ਜੀ ਮੈਂ ਤੇਰੇ ਨਾਲ ਗੱਲ ਕਰਨ ਆਇਆ, ਹੋਇਆ ਕੀ ਹੈ ਤੈਨੂੰ? ਤੂੰ ਬੋਲਦੀ ਕਿਉਂ ਨਹੀਂ? ਗੱਲ ਸੁਣ ਮੇਰੀ, ਇੱਧਰ ਆ। ਮੈਂ ਪਾਗਲ ਹਾਂ ਜਿਹੜਾ ਤੈਨੂੰ ਬੁਲਾਈ ਜਾਂਦਾ? ਬਸ ਇੰਨਾ ਕੀ ਪਿਆਰ ਸੀ? ਉਹ ਤਾਂ ਬੜਾ ਕਹਿੰਦੀ ਸੀ ਤੇਰੇ ਨਾਲ ਰਹੂੰ, ਤੇਰਾ ਸਾਥ ਦਊਂ ਸਾਰੀ ਜ਼ਿੰਦਗੀ, ਇਹਦਾ ਮਤਲਬ ਟਾਈਮ ਪਾਸ ਹੀ ਸੀ ਤੇਰਾ। ਉਹ ਮੈਂ ਕੁਛ ਪੁੱਛ ਰਿਹਾ, ਜਵਾਬ ਦੇ। ਨਹੀਂ ਗੱਲ ਕਰਨੀ ਤੇਰੇ ਨਾਲ, ਪਾਗਲ ਹੋ ਗਿਆ ਤੂੰ। ਤਾਂ ਪਾਗਲ ਲੱਗਣਾ ਹੀ ਹੈ, ਲੱਭ ਲਿਆ ਹੁਣ ਹੋਰ ਕੋਈ? ਤੁਹਾਡੀ ਕੁੜੀਆਂ ਦੀ ਜਵਾਤੀ ਹੋ ਜਾਂਦੀ। ਛੱਡ ਮੈਨੂੰ, ਗੱਲ ਸੁਣ ਲਾ, ਗੋਲੀ ਮਾਰ ਦੂੰ ਜੇ ਕਿਸੇ ਹੋਰ ਨਾਲ ਦਿਸ ਗਈ ਮੈਨੂੰ। ਇੰਜੈਕਸ਼ਨ ਬਾਈ, ਉਹ ਕਿਵੇਂ ਹੋ? ਬਦਾਮ ਲੈਣਾ ਹੈ? ਉਹ ਬਦਾਮ ਤਾਂ ਨਹੀਂ ਖਤਮ ਹੁੰਦੇ, ਉਹ ਯਾਰ ਇੱਕ ਚੱਕਰ ਜਿਹਾ ਪੈ ਗਿਆ ਜੀ। ਕੀ? ਇਹਨੇ ਜਗਰੂਪ ਨੂੰ ਪੈਸੇ ਦਿੱਤੇ ਸੀ, ਹੁਣ ਉਹ ਵਾਪਸ ਨਹੀਂ ਕਰ ਰਿਹਾ, ਫੀਸ ਭਰਨੀ ਆ ਇਹਨੇ ਹੁਣ। ਨਹੀਂ ਆਹ ਬੜੀ ਟੂੰਡੀ ਲਾਟ ਹੈ, ਜਿਹੜਾ ਚੱਕ ਕੇ ਉਹਨੂੰ ਪੈਸੇ ਦਿੱਤੇ। ਕਾਹਨੂੰ ਯਾਰ ਮਿੰਟੂ, ਜੋ ਸਾਲਾ ਮਹਾਨੇ ਕਹਾਂ ਇੱਕ ਹਫ਼ਤੇ ਮੈਂ ਪੈਸੇ ਦੁੱਗਣੇ ਕਰ ਦਿਆਂ। ਮਹਾਨੇ ਆਪਣੀ ਫੀਸ ਵਾਲਾ 10,000 ਰੁਪਇਆ ਉਸਨੇ ਦੇ ਦਿਆਂ, ਇਹ ਸਾਲਾ ਮੋੜਾ ਨਾ ਲਾਰੇ ਲਾਈ ਜਾਹਾਂ। ਪਹਿਲਾਂ ਤਾਂ ਮੈਨੂੰ ਆਹ ਦੁੱਗਣੇ ਕਰਨ ਵਾਲਾ ਚੱਕਰ ਸਮਝਾ। ਉਹ ਯਾਰ ਚੱਕਰ ਕੁਛ ਨਹੀਂ, ਹਰਿਆਣੇ 'ਚੋਂ ਸਸਤੀ ਸ਼ਰਾਬ ਲਿਆ ਕੇ ਨਾ ਦੁੱਗਣੀ ਕਰਕੇ ਇੱਧਰ ਵੇਚਦਾ। ਟਾਟਾ ਸਾਹਿਬ ਕਹਿੰਦੇ ਮੈਂ ਵੀ ਬਿਜ਼ਨਸ ਕਰਨਾ, ਫਸਾ ਲਏ ਪੈਸੇ ਹੁਣ। ਚੰਗਾ ਹੁਣ ਬੋਲ ਜੇ ਨਾ ਸੈਟ, ਚਲੋ ਆ ਜਾਓ ਕਰਦੇ ਹਾਂ ਗੱਲ। ਮੇਰੇ ਤਾਂ ਆਪ ਦੇ ਵੀ ਡੁੱਬ ਗਏ ਬਾਈ। ਉਹ ਹਰਿਆਣੇ ਵਾਲੇ ਬਾਰਡਰ ਕੋਲ ਚੈਕਿੰਗ ਚੱਲਦੀ ਸੀ, ਸਾਰੀ ਥਾਰੂ ਸੁੱਟਣੀ ਪੈ ਗਈ, ਦਾਰੂ ਕਾਹਦੀ ਸਾਲੀ ਜਾਨ ਹੀ ਸੁੱਟ ਕੇ ਆਇਆ। ਇਲਾ ਤਾਂ ਹੁਣ ਕੋਈ ਕਰਨਾ ਹੀ ਪਊ, ਜੇ ਫੀਸ ਨਾ ਭਰੀ ਨਾ ਇਹਦਾ ਤਾਂ ਸਾਲ ਮਰਜੂ। ਇਫਤਾ ਘਰਕਿਆਂ 'ਤੇ ਵੀ ਨਹੀਂ ਮਿਲਣੇ ਵੀਰ। ਗੱਲ ਸੁਣ, 8,000 ਕਰਦੇ ਫੀਸ ਭਰਨ ਜੋਗੇ, ਬਾਕੀ ਫੇਰ ਦੇਖ ਲਾਂਗੇ। ਬਾਈ ਹੁਣ ਤਾਂ ਸ਼ੀਸ਼ੀ ਜੋਗੇ ਵੀ ਹੈ ਨਹੀਂ, ਇੱਕ ਜੁਗਾੜ ਹੋ ਸਕਦਾ ਪਰ ਥੋੜ੍ਹਾ ਜਿਹਾ ਰਿਸਕੀ ਹੈ। ਕੀ? ਸ਼ਰਮਾ ਪੈਟਰੋਲ ਪੰਪ ਵਾਲਿਆਂ ਦਾ ਕੈਸ਼ੀਅਰ ਨਾ ਕੱਲ੍ਹ ਨੂੰ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਜਾਊ,
ਦੋ ਦਿਨ ਦੀ ਕਮਾਈ ਹੋਊ ਉਹਦੇ ਕੋਲ। ਕਈ ਵਾਰ ਸਕੀਮ ਲਾਈ ਲੁੱਟਣ ਦੀ, ਪਰ ਜੇਰਾ ਨਹੀਂ ਪਿਆ। ਤੇਰੇ ਨਾਲ ਇਹ ਕੰਮ ਕਰ ਸਕਦਾ ਮੈਂ। ਲੋਕ ਤਾਂ ਕਿਹਾ ਹੀ ਕਰਦੀ ਸੀ, ਪਰ ਜ਼ਿੰਦਗੀ 'ਚ ਅੱਜ ਪਹਿਲੀ ਵਾਰ ਲੱਗ ਰਿਹਾ ਸੀ ਕਿ ਮੈਂ ਡਾਕੂਆਂ ਦਾ ਮੁੰਡਾ। ਪੁਰਾਣੇ ਵੇਲਿਆਂ 'ਚ ਡਾਕੂ ਘੋੜਿਆਂ 'ਤੇ ਡਾਕੇ ਮਾਰਨ ਜਾਇਆ ਕਰਦੇ ਸੀ, ਇਹ ਅਸੀਂ ਮੋਟਰਸਾਈਕਲ 'ਤੇ ਜਾ ਰਹੇ ਸੀ। ਡਾਕੂ ਵੀ ਅਸੀਂ ਗਰੀਬ ਹੀ ਸੀ, ਜੇਬ 'ਚ 50 ਰੁਪਏ ਸੀ ਜਿਨ੍ਹਾਂ 'ਚੋਂ 15 ਦਾ ਤੇਲ ਪਵਾ ਲਿਆ ਅਤੇ ਬਾਕੀ ਬਚੇ ਕਿਸੇ ਲੋੜ ਖਾਤਰ ਜੇਬ 'ਚ ਪਾ ਲਿਆ। ਗਰੀਬ ਆਦਮੀ ਐਸ਼ ਕਰ, ਹੋਰ ਚਾਹੀਦੇ? ਓਏ ਵੀਰੇ, ਆਪਾਂ ਲੇਟ ਹੋ ਜਾਵਾਂਗੇ, ਪਾਪਾ ਗੁੱਸੇ ਹੋਣਗੇ, ਬੈਂਕ ਬੰਦ ਹੋ ਜੂ। ਬੈਂਕ ਵਾਲੀ ਕਿਹੜੀ ਗੱਲ ਹੈ ਯਾਰ, ਬੈਂਕ ਦੀਆਂ ਤਣੀਆਂ ਤਾਂ ਜੱਟ ਹੱਥਾਂ 'ਚ ਫਸਾਈ ਫਿਰਦਾ। ਕਿਉਂ ਗੰਦ ਪਾਇਆ? ਗੰਦ ਵਾਲੀ ਕਿੱਥੋਂ ਆ ਗਈ ਗੱਲ ਯਾਰ, ਕੀ ਹੋ ਗਿਆ ਗੰਦ ਨੂੰ, ਕਿਹੜਾ ਗੰਦ ਪਾਇਆ ਹੈ? ਇਹ ਤਾਂ ਜੀ ਬਸ ਐਵੇਂ, ਚੱਲ 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 ਮੇਰਾ ਵੀਰ, ਆ ਜਾ ਮੇਰਾ ਭਰਾ। ਚੱਜ ਭੀੜੀ ਜਿੱਦ ਜੀ ਕਰੀ ਜਾਂਦਾ ਵੀਰ, ਬੰਦਾ ਬਣ ਕੇ ਬਹਿ ਜਾ ਸਾਲਾ। ਬਹਿਣਾ ਹੀ ਆ, ਹੋਰ ਮੈਂ ਰਹਿਣਾ ਯਾਰ, ਕਮਾਲ ਕਰੀ ਜਾਂਦਾ। ਚੱਲ ਚੰਗਾ ਜੀ। ਤੈਨੂੰ ਲੈ ਕੇ ਚੱਲਿਆ ਹਸਪਤਾਲ। ਤੈਨੂੰ ਛੱਡ ਕੇ ਮੈਂ ਨਿਕਲ ਜੂ, ਤੂੰ ਫਿਕਰ ਨਾ ਕਰ, ਤੇਰਾ ਹਿੱਸਾ ਤੈਨੂੰ ਮਿਲ ਜੂ।
कुर्सी लिया। की हाल है मित्रा? ठीक है जी। ना की है तेरा? रॉबिनजी सिंह। क्यों झूठ बोलता है? मैं चंगी तरह जानता तेनू, मिंटू है ना तू गुरुसर योद्धा वाला। केड़े चक्करां तुरिया फिरदा यार, कबड्डी का एड्डा वधिया प्लेयर हुंदा सी तू, मैं देखिया मेलियां च तेनू रेडां पाउंदिया। नशा पत्ता करदा कोई? नशा करना तो की है जी, कदे सुनिया भी नहीं आपा। देख लै हुण तां हो जू कोई हिला। लिया दो जी फिर। की चाहिए? जो कुछ है लिया दो जी, सब कुछ छक लीद। अल खा के तगड़ा हो जा, आथनी एस एच ओ साहब ने आ जाना, पैग बाहरों ला के आएंगे ते कालजा तेरा खाणगे। ये पता नहीं की कह गया, पर थाने चाहुण दा नज़ारा बहुत है। पानी तो दे दो ना। शराब की हवाड़ नाल भरे कमरे च थानेदार ने मैनू रज के कोटा चाड़िया। वो कचीचियां लैंदा रहा पर मैं किसी का नाम नहीं लिया। थक हार के वह मैनू उत्थे ही छड़ के चला गया। उधर हुण दुपहरे खादी भुक्की ने भी मेरा साथ छड़ दिता ते चड्डियां दे पै पड़ाके मेरे कन्ना च गूंजन लग पए। शरीर का हेठला हिस्सा मैनू अड हो गया जा पिया। 307 वाले मुकदमे के बाद किसी वड्डे केस च मेरी पहली गिरफ्तारी सी ते पुलिस की कुट भी पहली बार खाधी सी। हुण मैनू वख वख थाणियां वाले रिमांड ते ले जाण लग पए। जिंदगी ने कितों कित्थे लिया सुटिया सी, पर खुद नूं इस पासे लियाउण लई पहला पैर मैं ही पट्टिया सी ते हुण मेरा अंजाम पुलिस ते अदालत ने तय करना सी। आगे बेबे ते बापू नूं सामने खड़ा देख मैं पुलिस की कुट वाला दर्द लुकाउण की पूरी कोशिश की। सत श्रीकाल पुत्र। लगता है माता नूं नहीं सुनी मेरी सत श्रीकाल। फिर तू ही सुन लैंदा, क्यों कन्ना चुंगला पाके फिरदा रहे? तुरपिया ना प्यो दादे दी ली है, बन गया ना फिर ओही डाकुआ दा मुंडा। चुप कर, कुछ नहीं होया इनू, परवाह ना करी पुत्तो, तगड़ा रही तगड़ा, छेती करा लू मैं तेरी जमानत। चल छड्ड। मिंटू भाई, जेल च पखा पुखा हुंदा भला? होर की ना, जदों बत्ती भी जा वड़दी ना पुलिस वाले आप पखियां झलदे आ कैदियां नूं, हुण मैं गुस्से वा। अच्छा फिर तां मौजा यार। तू मार ली डाका, लै ली सारिआं दी सेवा दे नज़ारे। मैनूं डाका मारना पऊ। मिंटू उठ। ओ बल्ले आ गया मेरिया जाना, आ जाओ बैठो, ले बादाम को बादाम रोगन। ओ की हो गया, सीरियस है क्यों तू? चल बस उठ, चल। पिस्तौल दे ना, पिस्तौल दे।
ਮਿੰਟੂ ਠੰਡਾ ਰਹਿ, ਆਰਾਮ ਨਾਲ ਗੱਲ ਕਰੀ। ਤੂੰ ਦੇ ਯਾਰ। ਫਿਕਰ ਨਾ ਕਰ ਪੂਰਾ, ਤੈਨੂੰ ਮੈਨੂੰ ਕੋਈ ਅਲੱਗ ਨਹੀਂ ਕਰ ਸਕਦਾ। ਚੱਲ ਚੱਲੀ। ਮੈਂ ਹੈਗਾ ਤੇਰੇ ਨਾਲ, ਮੈਂ ਸਭ ਠੀਕ ਕਰ ਦੂੰ। ਚੱਲ ਤੂੰ ਬਹੁਤ ਦੇਰ ਕਰਦੀ ਮਿੰਟੂ, ਹੁਣ ਮੈਂ ਤੇਰੇ ਨਾਲ ਨਹੀਂ ਜਾ ਸਕਦੀ। ਕਿਉਂ ਨਹੀਂ ਜਾ ਸਕਦੀ? ਦੇਖ ਇਹ ਨਾ ਕਰ ਯਾਰ, ਮੈਂ ਤੈਨੂੰ ਬਹੁਤ ਖੁਸ਼ ਰੱਖੂ, ਭਰੋਸਾ ਤਾਂ ਕਰ ਮੇਰੇ। ਬਹੁਤ ਕਰਕੇ ਦੇਖ ਲਿਆ, ਤੈਨੂੰ ਇਹ ਕਾਲੀ ਦੁਨੀਆ ਤੋਂ ਵਾਪਸ ਆਉਣ ਲਈ ਤਰਲੇ ਵੀ ਕੀਤੇ ਸੀ, ਪਰ ਤੂੰ ਨਹੀਂ ਮੁੜਿਆ, ਤੇ ਮੈਂ ਕਿਸੇ ਗੁੰਡੇ ਦੇ ਨਾਲ ਜ਼ਿੰਦਗੀ ਨਹੀਂ ਜੀ ਸਕਦੀ। ਗੁੰਡਾ ਨਹੀਂ ਹਾਂ ਮੈਂ। ਕੀ ਹੋ ਗਿਆ ਰਜੀ? ਚੁੱਪ ਕਰਕੇ ਖੜੇ ਰਹੋ, ਇੱਥੇ ਖੜੇ ਰਹੋ। ਆਖਰੀ ਵਾਰ ਪੁੱਛ ਰਹੇ, ਚੱਲੇਗੀ ਕਿ ਨਹੀਂ? ਤੂੰ ਮੈਨੂੰ ਮਾਰ ਹੀ ਦੇ, ਤੇਰੇ ਨਾਲ ਰਹਿ ਕੇ ਤੇ ਰੋਜ਼ ਰੋਜ਼ ਮਰਨ ਨਾਲੋਂ ਇੱਕੋ ਵਾਰੀ ਮਰਨਾ ਚੰਗਾ। ਮਿੰਟੂ ਦੇਖ ਯਾਰ, ਕਿਸੇ ਇੱਕ ਦੇ ਜਾਣ ਨਾਲ ਜ਼ਿੰਦਗੀ ਥੋੜੀ ਰੁਕ ਜਾਂਦੀ ਹੁੰਦੀ ਹੈ। ਬੰਦੇ ਨੂੰ ਆਪਣਾ ਸਹਾਰਾ ਆਪ ਹੀ ਬਣਨਾ ਪੈਂਦਾ ਯਾਰ। ਮਿੰਟੂ ਇੱਕ ਗੱਲ ਹੋਰ, ਮੇਰਾ ਵੀਜ਼ਾ ਆ ਗਿਆ ਯਾਰ। ਹੁਣ ਨਹੀਂ ਆਉਂਦਾ, ਚਲ ਆ ਚੱਲੀਏ। ਬਾਹਰ ਸਾਰੇ ਉਡੀਕ ਰਹੇ, ਹੌਸਲਾ ਕਰ, ਡਰੀ ਦਾ ਨਹੀਂ ਹੁੰਦਾ। ਚੰਗਾ ਨਹੀਂ ਕੀਤਾ ਰਜੀਏ, ਸੁਪਨੇ ਵੀ ਹੰਝੂਆਂ ਨਾਲ ਹੀ ਬਹਾ ਗਏ। ਮਿੰਟੂ ਯਾਰ, ਤੂੰ ਛੱਡ ਦੇ ਉਹਦਾ ਖੇੜਾ, ਆਪਾਂ ਉਹ ਤੋਂ ਸੋਹਣੀ ਲੈ ਕੇ ਆਵਾਂਗੇ। ਨਾ, ਰੂਹ ਤੋਂ ਕਿਤੇ ਇਸ਼ਕ ਦਾ ਕੋਈ ਬਦਲ ਨਹੀਂ ਹੁੰਦਾ, ਭਾਵੇਂ ਸੱਜਣ ਛੱਡ ਜਾਏ
ਪਰ ਉਹਦੇ ਬਿਨ ਕੋਈ ਹੋਰ ਨਹੀਂ ਹੁੰਦਾ। ਵਾਹ ਮਿੰਟੂ ਯਾਰ, ਤੂੰ ਤਾਂ ਸ਼ਾਇਰ ਬਣ ਗਿਆ ਯਾਰ। ਅੱਛਾ ਚੱਲ ਆ ਜਾ, ਕੀਪੇ ਨੂੰ ਵੀ ਸੁਣਾਉਣੇ ਆ, ਕੀ ਪਤਾ ਕੀਪਾ ਉੱਠ ਹੀ ਜਾਵੇ। ਕੀਪੇ ਹੋ ਗਿਆ ਪੇ, ਲੈ ਦਾਰੂ ਪੀਲਾ ਯਾਰ। ਉਹ ਬਾਈ ਇਹਨੂੰ ਨਾ ਪੀ ਯਾਰ। ਕਿਉਂ? ਤੈਨੂੰ ਪਤਾ ਇਹਦੀ ਬੇਬੇ ਸਾਡੇ ਨਾਲ ਲੜਦੀ ਹੁੰਦੀ ਆ ਕਿ ਮੇਰਾ ਮੁੰਡਾ ਤੁਸੀਂ ਨਸ਼ੇ 'ਤੇ ਲਾਇਆ। ਫਿਰ ਉਹ ਕਿਹੜਾ ਗਲਤ ਕਹਿੰਦੀ ਹੈ। ਬੱਬੇ ਨਸ਼ਹਿਰੀ ਦੀ ਹਾਲਤ ਉਸ ਬੱਕਰੇ ਵਰਗੀ ਹੁੰਦੀ ਹੈ ਜਿਹਦੇ ਮੂਹਰੇ ਛੋਲੇ ਵੀ ਪਏ ਨੇ ਅਤੇ ਕਸਾਈ ਦਾ ਚੁਰਾ ਵੀ। ਬੱਬੇ ਨੱਚੀਏ? ਨੱਚਾਂਗੇ ਬਾਈ, ਪਰ ਤੇਰੀ ਉਸ ਕਵਿਤਾ 'ਤੇ ਨੱਚਾਂਗੇ। ਆਇਆ ਕੀ ਪੇ ਨੱਚੀਏ? ਚਲਾ ਜਾ ਕੀ ਪੇ। ਉਹ ਰੂਹ ਤੋਂ ਕੀਤੇ ਇਸ਼ਕ ਦਾ ਕੋਈ ਬਦਲ ਨਹੀਂ ਹੁੰਦਾ, ਭਾਵੇਂ ਸੱਜਣ ਛੱਡ ਜਾਏ ਪਰ ਉਹਦੇ ਵਰਗਾ ਕੋਈ ਹੋਰ ਨਹੀਂ ਹੁੰਦਾ। ਮਿੰਟੂ ਬਾਈ ਉੱਠ। ਕੀ ਹੋ ਗਿਆ ਬਾਈ? ਆ ਲੈ ਕੇ ਚੁੱਕ ਮੇਰੇ ਸਾਨੂੰ ਲਾਸ਼ ਮਿਲੀ। ਬੱਬੀ ਨਹੀਂ, ਝੂਠ ਬੋਲਦੇ ਆ ਸਾਰੇ। ਪੁਲਿਸ ਨਾਲ ਮਿਲ ਕੇ ਸ਼ਰੀਕਾਂ ਨੇ ਮਾਰਿਆ ਮੇਰੇ ਭਰਾ ਨੂੰ। ਛੱਡਦਾ ਨਹੀਂ, ਮਾਰੂੰਗਾ ਸਾਰਿਆਂ ਨੂੰ। ਸਰ ਫੋਨ ਨਹੀਂ ਪਿੱਕ ਕੀਤਾ ਜੀ ਉਹਨਾਂ ਨੇ। ਦੂਜੇ ਮੁੰਡੇ ਨੂੰ ਲਾ। ਹਾਂਜੀ ਕਾਲੇ। ਹਾਂ ਬਾਈ, ਆ ਗੱਲ ਕਰ ਮੰਤਰੀ ਸਾਹਿਬ ਨਾਲ। ਹਾਂ ਬਾਈ। ਹਾਂ ਬਾਈ। ਹਾਂਜੀ ਮੰਤਰੀ ਜੀ, ਸਤਿ ਸ੍ਰੀ ਅਕਾਲ। ਕੀ ਰਿਪੋਰਟ ਹੈ ਪੱਤਰਕਾਰ ਦੀ? ਰਿਪੋਰਟ ਐਨ ਓਕੇ ਮੰਤਰੀ ਜੀ। ਨਾਲੇ ਮੇਰੇ ਹੁੰਦੇ ਹੋਏ ਰਿਪੋਰਟ ਦੀ ਟੈਨਸ਼ਨ ਕਾਤੋਂ ਲੈਂਦੇ ਹੋ ਤੁਸੀਂ? ਆ ਵਿਚਾਰਾ ਮੇਰੇ ਮੂਹਰੇ ਹੱਥ ਬੰਨੀ ਬੈਠਾ ਹੈਗਾ। ਉਹ ਤੂੰ ਬਾਲੀਆਂ ਉਰਲੀਆਂ ਪਰਲੀਆਂ ਜਾਂ ਨਾ ਮਾਰੀ ਜਾ, ਜਗ੍ਹਾ ਗੱਡ ਕੇ ਰੱਖੀਆਂ ਇਹਦੇ 'ਤੇ, ਕਿਸੇ ਨਾਲ ਗੱਲ ਨਾ ਕਰਨ ਦਈਆਂ ਨੂੰ। ਲੈ ਮੰਤਰੀ ਜੀ, ਫੇਰ ਉਹੀ ਗੱਲ, ਤੁਸੀਂ ਮੇਰੇ ਹੁੰਦੇ ਹੋਏ ਕਾਹਤੋਂ ਡਰੀ ਜਾਂਦੇ ਹੋ? ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ, ਉੱਧਰ ਭਾਊ ਘਾਬਰਿਆ ਬੈਠਾ ਹੈਗਾ। ਜਬ ਕਾਲਾ ਇਜ਼ ਹੇਅਰ, ਵਾਈ ਟੈਂਸ਼ਨ ਇਜ਼ ਦੇਅਰ? ਆ ਕੀ ਇਡੀਅਟ ਭਰਤੀ ਕੀਤਾ ਹੋਏ। ਮਿੰਟੂ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ। ਹਾਂਜੀ। ਮੈਂ ਮਾਫ਼ੀ ਚਾਹੁੰਦਾ, ਮੈਂ ਇਹ ਕੇਸ ਨਹੀਂ ਲੜ ਸਕਦਾ। ਦੇਖੋ, ਮੈਂ ਖੁਦ ਨੂੰ ਤਾਂ ਖਤਰੇ 'ਚ ਪਾ ਸਕਦਾ, ਪਰ ਆਪਣੇ ਪਰਿਵਾਰ ਨੂੰ, ਨਾਲੇ ਸਾਡੇ ਕੰਮਾਂ ਦੇ ਨਤੀਜੇ ਸਾਡੇ ਪਰਿਵਾਰ ਨੂੰ ਭੁਗਤਣ।
वकील की गल तो सही है, साढ़े कामों के नतीजे साढ़े परिवार क्यों भुगतन जिमें मेरे बापू नूं भुगतने पे। सूबे की मारकुट वाले जिस मुकदमे सानू जमानत मिली सी, बब्बी की मौत के बाद शरीकों ने उसकी पैरवाई होर तेज कर दी। तो उस मुकदमे इरादा कतल के दोषों हेठ मैनू तो बापू नूं सत्त साल की कैद हो गई। अपनी पूरा भी परवाह नहीं सी मैनू, फिक्र बापू का सी क्योंकि उसकी सेहत बहुत ज़्यादा ढीली सी। बलदेव सिंह जी, चलो तलाशी दे। बलजिंदर सिंह, हाँ जी, चलो तलाशी दे। आ की आ विचोले च कुर्ता पजामा जी। चल तलाशी करा। जनाब एक बेनती है जी, मेरा बापू बीमार रहिंदा जी, उहदी दवाई बूटी का ख्याल रखना पैंदा, सानू इको बैरक च पा दो जी, तुहाडी बहुत मेहरबानी होगी। ओए तां हुण गिनती दे हिसाब नाल ही होऊ, ऐं कि मैं तुहाडी मर्जी नाल बैरक दे दूं तुहानू। जनाब मिन्नत वाली गल ही है जी। ओ मेरी मिन्नत मुन्नत करन दा कोई फायदा नहीं, केरा गिनती दे हिसाब नाल चल जाओ, वड्डे साहब आणगे उहनां नाल करदी गल। हुण तेरे आउंदे सानू अफसरां नाल गल करनी पऊ पंडिता। आओ सरपंच साहब आओ। सति श्री अकाल ताए जी। ओ जिउंदा रहि शेरा, सति श्री अकाल। आ वी पहलवाना तगड़ा है, तूं तां यार बुढ़े वांगू खंघी जांदा। पंडित जी इहनां नूं साडी बैरक च पा दिओ। ਤੁਸੀਂ ਵੀ ਸਰਪੰਚ ਸਾਹਿਬ ਰੁੰਗੇ 'ਚ ਝੁੰਗਾ ਲੈ ਜਾਂਦੇ ਹੋ। ਪੰਡਤਾ ਤੇਰਾ ਸਮਾਨ ਅਗਲੀ ਮੁਲਾਕਾਤ 'ਚ ਆਜੂ, ਆਓ ਵੀ ਚੱਲੀਏ। ਆ ਜਾ ਬਈ। ਉਦਣ ਪੈਗ ਲੱਗੇ ਸੀ ਸਰ ਹੋਰਾਂ ਦੇ ਵੱਧ, ਆਪਾਂ ਕੀ ਕੀਤਾ, ਟਰੱਕ ਦੇ ਭੁਲੇਖੇ 'ਚ ਐਸ ਐਸ ਪੀ ਦੀ ਗੱਡੀ ਘੇਰ ਲਈ। ਮੈਂ ਕਿਹਾ ਓਵਰਲੋਡ ਹੀ ਜਾਂਦਾ ਹੈ ਚਲਾਨ ਕਟਾ। ਬਈ ਜਦੋਂ ਯਾਰ ਜੀ ਨੇ ਸ਼ੀਸ਼ੇ ਵਿਧੀ ਅੰਦਰ ਵੇਖਿਆ, ਅੰਦਰ ਬੈਠੀ ਸਿਰੇ ਦੀ ਰਨ ਜਮਾਂ ਅੱਤ। ਮੈਂ ਗਲਾ ਜਿਹਾ ਸਾਫ਼ ਕਰਕੇ ਕਿਹਾ, ਔਰ ਮੈਂ ਕਿਹਾ ਸਾਲਿਆ ਔਰ ਤੂੰ ਚਲਾਨ ਚਲੂਨ ਨੂੰ ਛੱਡ, ਔਰ ਪਹਿਲਾਂ ਇਹ ਦੱਸ ਵੀ ਇੰਨਾ ਸੋਹਣਾ ਪੁਰਜਾ ਕਿੱਥੋਂ ਚੱਕਿਆ। ਉਹ ਫੇਰ ਕੀ, ਉਹਨਾਂ ਨੇ ਇਹਦੇ ਪੁਰਜੇ ਖੋਲਤੇ, ਥਾਣੇਦਾਰ ਇਹਨੂੰ ਜੀਪ ਦੇ ਮੂਹਰੇ ਲਾ ਕੇ ਨਾ ਥਾਣੇ ਤੱਕ ਇਹਦਾ ਮੱਕੂ ਠੱਪਦਾ ਆਇਆ। ਅਣਮਨੁੱਖ ਦੀ ਛੱਦਤ ਹੋਇਆ ਮੇਰੇ ਨਾਲ, ਆਈ ਵਿਲ ਸੀ ਹਿਮ। ਦੇਖੋ ਜੀ, ਇਹ ਨੇ ਸਾਡੇ ਜਾਲੀ ਨਾਕੇ ਲਾਉਣ ਵਾਲੇ ਸਕੀਮੀ ਕੋਟੇ ਦੇ ਡੀ ਟੀ ਓ ਸਾਹਿਬ। ਓਏ ਮੁੰਡਿਓ, ਇਹ ਪਿੰਡੋਂ ਮੇਰਾ ਭਰਾ ਅਤੇ ਇਹ ਮੇਰਾ ਭਤੀਜ। ਸਤਿ ਸ਼੍ਰੀ ਅਕਾਲ। ਤੁਸੀਂ ਐਂ ਕਰੋ, ਉਹ ਦੋ ਨੰਬਰ ਬੈਰਕ ਨਾ ਉਹਦੇ 'ਚ ਚੱਲੋ, ਮੈਂ ਆਉਣਾ। ਚਲੋ ਸਾਰੇ ਇੱਧਰ ਆਓ। ਚਲੋ ਵੀ ਮੁੰਡਿਓ, ਬੰਦੀ ਹੋ ਗਈ। ਚਲੋ ਸਰਪੰਚਾ ਗਿਣਤੀ ਸ਼ੁਰੂ ਕਰ। ਪਹਿਲਵਾਨਾ ਤੂੰ ਤਾਂ ਹੁਣੇ ਡਿੱਗੀ ਜਾਂਦਾ, ਤਕੜਾ ਰਿਹਾ ਕਰ, ਨਾਲੇ ਤੇਰਾ ਕਿਹੜਾ ਪਹਿਲੀ ਵਾਰੀ ਵਾਹ ਪਿਆ ਜੇਲ ਨਾਲ, ਮੌਜਾਂ ਮਾਣਿਆ ਕਰ। ਜਿੱਥੇ ਜ਼ਿੰਦਗੀ ਦੀ ਕੈਦ ਦੇ 50 ਸਾਲ ਕੱਟ ਲਏ ਨਾ, ਉੱਥੇ ਆ 7 ਸਾਲ ਵੀ ਲੰਘ ਜਾਣਗੇ। ਆ ਹੁਣ ਮੇਰੇ ਵੱਲ ਵੇਖ, 20 ਸਾਲ ਹੀ ਹੋਈ ਹੈ, ਕਦੇ ਪੂਰਾ ਸੰਸਾ ਨਹੀਂ ਕੀਤਾ, ਬੁੱਲੇ ਵੱਢੀ ਦੇ ਨੇ। ਨਾਲੇ ਜੇਲ੍ਹ ਵਰਗੀ ਤਾਂ ਜਗ੍ਹਾ ਹੀ ਕੋਈ ਨਹੀਂ, ਨਾ ਹੈ ਨਾ ਖਹਿ ਕਹਿ। ਹੇ ਵਾਹਿਗੁਰੂ ਤੇਰਾ ਹੀ ਆਸਰਾ। ਬਸ ਕਰ ਸਭ ਅੱਛਾ ਭਾਈ। ਓਏ ਆ ਵੀ ਬਣਦਾ ਕੌਣ ਆਖਣ ਗਈ ਮਾਲ ਗੱਡੀ ਏ। ਓਏ ਆ ਜਾ ਜਨਾਬ। ਕਿੰਨੇ ਆ? 400। ਦੋ ਹੋਰ ਤਾਂ ਦਿਓ। ਖੋਖੇ ਦਿਖਾਣਾ ਭਾਲਦਾ, ਜੇਲ੍ਹ 'ਚ 400 ਦੀਆਂ 4 ਬੀੜੀਆਂ।
ਵੈਸੇ ਅਫਸਰ ਕੋਟਾ ਹੋਣਾ ਚਾਹੀਦਾ। ਚੁੱਪ ਕਰ ਜਾ ਸਾਲਿਆ, ਨਹੀਂ ਤਾਂ ਆਪ ਹੀ ਖੋਲੂੰਗਾ ਜਿਹੜੀਆਂ ਦਿੱਤੀਆਂ ਦੋ, ਸਮਝ ਗਿਆ? ਇਹਦਾ ਕੰਮ ਚੰਗਾ ਸਾਲੇ ਦਾ, ਬਾਹਰੋਂ ਲਿਆ ਕੇ ਪੰਜਾਂ ਦਾ ਵੰਡਲ, ਅੰਦਰ 5000 ਦਾ ਵੇਚ ਦਿੰਦਾ। ਕੋਈ ਨੀ, ਕੱਢਦੇ ਹਾਂ ਕਿਸੇ ਦਿਨ ਚਲਾਨ ਇਹਦਾ ਵੀ। ਪਾਣੀ ਲੈ ਬਾਪੂ, ਲੈ ਬਾਪੂ ਦਵਾਈਆਂ। ਉਹ ਦਵਾਈਆਂ ਦਵਾਈਆਂ ਰਹਿਣ ਦੇ ਯਾਰ, ਦਵਾਈਆਂ ਨਾਲ ਕੁਛ ਨੀ ਬਣਨਾ, ਮੈਨੂੰ ਤਾਂ ਨਸ਼ਾ ਲਿਆ ਦੇ ਪੁੱਤ। ਚੰਗਾ ਬਾਪੂ, ਮੈਂ ਸਰਪੰਚ ਤਾਏ ਨਾਲ ਗੱਲ ਕਰਦਾ। ਚੱਲ ਬਈ ਮਾਰੋ, ਭਲਵਾਨਾ ਬਾਲ ਦੇ ਦੇ ਮੁੰਡਿਆਂ ਨੂੰ ਯਾਰ ਖੇਡਣ ਦੇ। ਜੇ ਹੈਗਾ ਕਿਸੇ ਦੇ ਬੋਰ ਚ ਪਾਣੀ ਤਾਂ ਲੈ ਜੇ ਆ ਕੇ। ਤਾਏ ਜੀ। ਹਾਂ ਪੁੱਤਰਾ। ਬਾਪੂ ਬਹੁਤ ਔਖਾ, ਉਹਦਾ ਨੀ ਸਰਦਾ ਨਸ਼ੇ ਬਿਨਾਂ। ਤੂੰ ਫਿਕਰ ਨਾ ਕਰ, ਕੋਈ ਨਾ ਕੋਈ ਇੰਤਜ਼ਾਮ ਹੋ ਜੂ। ਉਹ ਮਾਲ ਗੱਡੀ ਹੈ ਨਾ, ਹਾਂਜੀ, ਇਹਨੇ ਤੁਹਾਡਾ ਮੁਲਾਜ਼ਾ ਕੀਤਾ ਸੀ ਨਾ, ਹਾਂਜੀ ਹਾਂਜੀ, ਉਹਦੀ ਡਿਊਟੀ ਲਾਉਂਦੇ ਹਾਂ। ਉਹ ਇਹ ਕਰਦਾ ਸਾਰੇ ਕੰਮ, ਹੈ ਥੋੜ੍ਹਾ ਲਾਲਚੀ ਪਰ ਆਪਣਾ ਜੁਗਾੜ ਹੋ ਜੂਗਾ। ਵੱਡੀ ਆ ਕੱਪੜੇ ਧੋਣਾ ਵੈਸੇ ਅਫਸਰਾਂ ਦਾ ਕੰਮ ਨਹੀਂ, ਐਟ ਹੋਮ ਆਪਾਂ ਹਰ ਕੰਮ ਲਈ ਕਰੇ ਨਾ, ਕੱਪੜਾ ਲੀੜਾ ਲਾ ਐਵਰੀਥਿੰਗ। ਅਫਸਰੋ ਫਿਰ ਇੱਥੇ ਲਈ ਵੀ ਰੱਖ ਲਓ ਕੋਈ ਬੰਦਾ। ਨੋ 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 ਨੋ, ਆਈ ਲਾਈਕ ਵਰਕਿੰਗ ਹੇਅਰ। ਮਾਂ ਪੁੱਤ ਨਹੀਂ ਦਿਓ, ਇਹ ਸਾਲੀ ਮਾਲ ਗੱਡੀ ਦਾ ਵੀ ਕਿਸੇ ਨੂੰ ਚਲਾਨ ਕੱਟਣਾ ਪਊ। ਚਲੋ ਚਲੋ ਜਲਦੀ ਕਰੋ, ਚੱਕੋ ਚੱਕੋ। ਜਨਾਬ ਸੱਚੀ ਓ ਬਿਮਾਰ ਹੈ ਜੀ, ਮੈਂ ਲਵਾ ਦਿੰਦਾ ਜੀ। ਉਹ ਦਵਾਈ ਦਵੂਈ ਦਵਾ ਲੈ, ਇਹਨੂੰ ਬਿਮਾਰ ਹੈ ਇਹ। ਬਾਪੂ ਤੂੰ ਬੈਰਕ ਚ ਜਾ ਕੇ ਆਰਾਮ ਕਰ, ਅਸੀਂ ਆਉਂਦੇ। ਚੰਗਾ, ਦਵਾਈ ਲੈ ਲਈ। ਉਹ ਕੀ ਕਰੀ ਜਾਂਦਾ ਬਾਈ, ਚੱਕ ਤਾਂ ਸਹੀ। ਤੂੰ ਹੀ ਚੱਕ ਲੈ, ਤੇਰੇ ਚ ਜ਼ੋਰ ਜ਼ਿਆਦਾ ਲੱਗਦਾ। ਉਹ ਤਾਂ ਰਹਿਣ ਦੇ ਪਲਵਾਨਾ, ਅਸੀਂ ਆਪ ਹੀ ਲਾ ਲਾਂਗੇ। ਤੂੰ ਰਹਿਣ ਦੇ ਸਰਪੰਚਾ, ਇਹਨੂੰ ਚੱਕਣ ਦੇ ਜ਼ਿਆਦਾ ਜ਼ੋਰ ਦਿਖਾਉਂਦਾ। ਵੇਲੇ ਕੀ ਦਿਖਾਉਂਦਾ ਓਏ, ਕੱਢ ਕੇ ਦਾਲ ਚ ਫਰਾਈ ਕਰਕੇ ਖਾ ਜਾਊ। ਓਏ ਕੀ ਕਰਦਾ ਭਲਵਾਨਾ, ਮੇਰਾ ਭਤੀਜਾ ਇਹ। ਕੌਣ ਦਾ ਤਾਏ ਜੀ, ਦੇਖਦੇ ਆ ਕੌਣ ਕਿਤੇ ਫਰਾਈ ਕਰਕੇ ਖਾਂਦਾ ਹੈ। ਕੀ ਗੱਲ ਹੈ ਜਮਾ, ਨਹੀਂ ਸ਼ਾਬਾਸ਼, ਠੀਕ ਹੈ ਭਲਵਾਨਾ, ਮੈਦਾਨ ਚ ਮਿਲਦੇ ਆ, ਤਿਆਰੀ ਖਿੱਚ। ਸਿੰਘ ਅੜ ਗਏ ਹੁਣ ਨਿਤਰੂ ਬੜੇ ਮੈਂ ਖਾਣੀ।
ਨਾਲ। ਚਾਰ ਨੰਬਰ ਬੈਰਕ ਵਾਲੇ ਕੈਦੀ ਤੇ ਨਿਗਾਹ ਰੱਖਿਓ। ਮਿੰਟੂ। ਹਾਂਜੀ। ਜੇਲ੍ਹ ਤਬਦੀਲੀ ਦੇ ਹੁਕਮ ਆਏ ਨੇ। ਤਾਂ ਹੈ ਜੀ, ਬਾਪੂ ਦੀ ਹਾਲਤ ਤਾਂ ਦੇਖੋ, ਇਹ ਤੋਂ ਤੁਰਿਆ ਨਹੀਂ ਜਾਂਦਾ, ਇਹ ਤਾਂ ਨਹੀਂ ਜਾ ਸਕਦਾ ਹਾਲੇ। ਪੁੱਤਰਾ ਤੂੰ ਇਕੱਲੇ ਨੇ ਜਾਣਾ। ਤਾਂ ਹੈ ਜੀ, ਮੈਂ ਬਾਪੂ ਨੂੰ ਛੱਡ ਕੇ ਕਿਤੇ ਨਹੀਂ ਜਾਣਾ। ਦੇਖ ਮਿੰਟੂ ਪੁੱਤਰਾ, ਜਾਣਾ ਤਾਂ ਪੈਣਾ। ਤਾਂ ਹੈ ਜੀ, ਤੁਸੀਂ ਸਿਫਾਰਿਸ਼ ਪਵਾ ਕੇ ਤਬਦੀਲੀ ਰੁਕਵਾ ਦਿਓ। ਬੇਟਾ, ਉਤੋਂ ਹੁਕਮ ਆਏ ਨੇ, ਮੈਂ ਇਹਦੇ 'ਚ ਕੁਛ ਨਹੀਂ ਕਰ ਸਕਦਾ, ਮਜਬੂਰ ਹਾਂ। ਬਾਪੂ, ਮੈਂ ਤੈਨੂੰ ਛੱਡ ਕੇ ਨਹੀਂ ਜਾਣਾ। ਪਹਿਲਾਂ ਹੀ ਤੈਨੂੰ ਮੇਰੇ ਗੁਨਾਹਾਂ ਦੀ ਸਜ਼ਾ ਮਿਲ ਰਹੀ ਹੈ, ਪਾਪੀ ਹਾਂ ਮੈਂ ਤੇਰਾ। ਓ ਨਾ ਕਮਲਿਆ, ਕਦੇ ਕੋਈ ਪੁੱਤ ਵੀ ਪਿਓ ਦਾ ਪਾਪੀ ਹੋਇਆ? ਤੂੰ ਤਾਂ ਹੀਰਾ ਪੁੱਤ ਆ ਮੇਰਾ। ਔਖਾਂ ਜਿਹਾਂ ਦੀ ਉਮਰ ਤਾਂ ਬਹੁਤ ਥੋੜ੍ਹੀ ਹੁੰਦੀ, ਘੱਟ ਹੋ ਜਾਣਗੀਆਂ। ਜ਼ਿੰਦਗੀ 'ਚ ਬੰਦੇ ਕੋਲੋਂ ਬਹੁਤ ਗਲਤੀਆਂ ਹੋ ਜਾਂਦੀਆਂ ਕਈ ਵਾਰ, ਪਰ ਖਿੰਡੀ ਹੋਈ ਜ਼ਿੰਦਗੀ ਇਕੱਠੀ ਕੀਤੀ ਜਾ ਸਕਦੀ। ਤੇਰੇ ਕੋਲ ਬਥੇਰੀ ਉਮਰ ਹੈ ਪੁੱਤ, ਬੀਬਾ ਪੁੱਤ ਬਣ ਕੇ ਕੱਟੀ ਜ਼ਿੰਦਗੀ ਪੈ ਜਾ। ਹੁਣ ਸਵੇਰੇ ਜਾਣਾ ਤੂੰ, ਬੈਰਕ ਨੰਬਰ 2 ਸਭ ਅੱਛਾ ਹੈ ਭਾਈ ਓਏ। ਤਬਦੀਲੀ ਵਾਲੀ ਸਵੇਰ ਮੈਂ ਤੇ ਬਾਪੂ ਇੱਕ ਦੂਜੇ ਦੇ ਗਲ ਲੱਗ ਕੇ ਬਹੁਤ ਰੋਏ, ਪਰ ਕਾਨੂੰਨ ਦਾ ਫੈਸਲਾ ਤਾਂ ਮੰਨਣਾ ਹੀ ਪੈਣਾ ਸੀ ਤੇ ਮੈਂ ਫਿਰੋਜ਼ਪੁਰ ਜੇਲ੍ਹ ਆ ਗਿਆ। ਲੁਧਿਆਣੇ ਜੇਲ੍ਹ ਤੋਂ ਫੋਨ ਆਇਆ ਸੀ, ਤੇਰਾ ਬਾਪੂ ਪੂਰਾ ਹੋ ਗਿਆ। ਮੈਂ ਬੈਠ
ਐ ਤਾਂ ਨਹੀਂ ਭੇਜ ਸਕਦੇ। ਜੇ ਕੋਈ ਤੇਰਾ ਬੌਂਡ ਭਰਨਾ ਹੈਗਾ ਤਾਂ ਹੀ ਭੇਜ ਸਕਾਂਗੇ। ਕੋਈ ਨਾ, ਕੱਲ ਮਾਰਨਿੰਗ ਤੱਕ ਕੋਈ ਨਾ ਕੋਈ ਆ ਹੀ ਜਾਏਗਾ, ਫਿਰ ਭੇਜ ਦਿਆਂਗੇ। ਜਨਾਬ ਕੋਈ ਆਇਆ ਸੀ ਮੇਰੇ ਪਿੰਡ? ਨਾ। ਮੇਰੇ ਬਾਪੂ ਦਾ ਸੰਸਕਾਰ ਹੈ ਜੀ, ਕੋਈ ਨਾ ਕੋਈ ਆਊਗਾ ਜ਼ਰੂਰ। ਨਿਗਾਹ ਰੱਖਿਓ। ਕੋਈ ਨਾ। ਜਨਾਬ ਹਾਂ ਆਇਆ ਜੀ ਕੋਈ? ਉਹ ਹਾਲੇ ਤੱਕ ਤਾਂ ਆਇਆ ਨਹੀਂ ਕੋਈ। ਕੋਈ ਨਾ ਤੂੰ ਇੱਥੇ ਬਹਿ ਕੇ ਡਿੱਗ ਲੈ। ਉਹ ਹੁਣ ਤਾਂ ਸਾਹਿਬ ਵੀ ਚਲੇ ਗਏ, ਜੇ ਕੋਈ ਪਿੱਛੋਂ ਆ ਵੀ ਗਿਆ ਤਾਂ ਵੀ ਹੁਣ ਕੁਛ ਨਹੀਂ ਹੋਣਾ। ਕਿੱਡਾ ਬਦਕਿਸਮਤ ਸੀ ਮੈਂ ਜਿਹੜਾ ਬਾਪੂ ਸਾਰੀ ਉਮਰ ਮੇਰੇ ਲਈ ਕਚਹਿਰੀਆਂ ਦੇ ਧੱਕੇ ਖਾਂਦਾ ਰਿਹਾ, ਜੇਲ੍ਹਾਂ ਕੱਟਦਾ ਰਿਹਾ। ਮੈਨੂੰ ਉਹਦੀ ਚਿਤਾ ਨੂੰ ਅੱਗ ਦੇਣਾ ਵੀ ਨਸੀਬ ਨਾ ਹੋਇਆ। ਬਾਪੂ ਦੀ ਮੌਤ ਨੇ ਮੈਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਤੇ ਹੁਣ ਮੇਰੇ ਨਸ਼ੇ ਹੋਰ ਵੀ ਵੱਧ ਗਏ ਸਨ। ਜੇਲ੍ਹ 'ਚ ਜੋ ਵੀ ਨਸ਼ਾ ਮਿਲਦਾ ਮੈਂ ਕਰ ਲੈਂਦਾ। ਜ਼ਿੰਦਗੀ ਜਿਉਣ ਦੀ ਕੋਈ ਲਾਲਸਾ ਨਹੀਂ ਸੀ ਮੈਨੂੰ। ਜ਼ਿੰਦਗੀ ਕਿਸੇ ਹਨੇਰੇ ਖੂਹ 'ਚ ਬਹੁਤ ਡੂੰਘੀ ਡਿੱਗ ਪਈ ਲੱਗਦੀ ਸੀ। ਇੱਕ ਬੱਤੀ ਲਵਾਈ ਵੀਰੇ। ਬੇਬੇ ਬੇਬੇ
पुत्र उठ गया पुत, किन्ने दिनों बाद घर आए हैं। रात मां नाल कोई गल भी नहीं की। चाह बनावा तेरे वास्ते। बोलता नहीं, व्याह की अंदर फोला फोली करी जाने की चाहिए तेनू। मिंटू वे पुत वे हाड़े व्याह तो मैं सौदे वास्ते रखे सी पैसे, आ कानू ले चले हैं ना मिंटू। हाय वे रब्बा, कदे मेरी भी जून सुधरो। की आवे गलिया जिया आ जंदे फ्री दा समान लैण। जे हुण मेरा गेड़ खड़काया ना थपड़े मार मार मुंह पान दू। चल भज जा इथों। मैं कद खड़काया? इन खड़काया ऊई मारी जांदी है की बात नहीं गल। हां की है दो ला कट पैसे। की हाल है भाई? भाई ये जनानी बाली कपी हैगी है ना, ऊई भौंकदी रहंदी हर वेले ऊई। दोबा तैनू चाशनी च हला बड़ दो। क्या सी इन्ने पैसे च इन्नी मिलूगी? चल जाए तो होर पालता है। भाई किथे जाना? मैं छड्या वा तेरा। हां आ चली चल बह जा। मोटरसाइकिल चल दिया मरिया नहीं हाले। बह जाओ। हाँ भाई की हाल है? हूँ प्लास्टर लाता पर लत तेरी अजे सही तरह जुड़ी नहीं, कट्टनी भी पै सकती है। तो जे इनू सही तरह जोड़ना है तो तेनू बिल्कुल नशा छड्डना पऊगा। उंज नशा छड्डना कोई औखा नहीं, जिदा जिदा बंदा करने लिए यूज टू हो जाता है उदा छड्डन भी यूज टू हो जाता है। बस स्ट्रोंग विल पावर की जरूरत है। इस सारे प्रोसैस दौरान तोड़ लगेगी, जदों तोड़ लगे ये सिर पर ठंडा पानी पाना, यदिया तलिया झसनिया, तो तू पानी जिन्ना पी सके उन्ना वधिया। लाइफ इज प्रीशियस, इनू नशिया च ना गाड़। ख्याल कर, छड़ेगा ना नशा? वेरी गुड। ले आओ सिस्टर। आजा भाई बचा के आराम नाल। ठीक है पुत्र
ਆਹੋ ਬੀਬੀ ਹੁਣ ਤਾਂ ਪਹਿਲਾਂ ਨਾਲੋਂ ਕੁਛ ਠੀਕ ਹੈ। ਚੱਲ ਪਰਮਾਤਮਾ ਭਲੀ ਕਰੂਗਾ। ਇੱਥੇ ਬਿਠਾ। ਹਾਂਜੀ ਹਾਂਜੀ ਤਾਂ ਰੱਖ ਲਾ। ਹੁਣ ਠੀਕ ਹੈ ਤੂੰ? ਇਹ ਤਾਂ ਠੀਕ ਹੈ। ਜਾ ਕਿਸ ਤੋਂ ਜਾ ਕੇ ਸਮਾਨ ਲੈ ਕੇ ਆ। ਕੋਈ ਨਾ ਲੈ ਆਊਂਗਾ। ਤੂੰ ਅੰਬੋ ਉਹ ਤਾਂ ਕਹਿੰਦਾ ਲਿਆ ਕੇ ਦੇ। ਕੋਈ ਨਾ ਪੁੱਤ, ਤੂੰ ਉਹਦੀ ਗੱਲ ਹੀ ਨਾ ਗੌਲ, ਆਪੇ ਟਿਕ ਜੂਗਾ। ਤੂੰ ਪੁੱਤ ਬਣਿਆ ਐਂ ਕਰ, ਛੇਤੀ ਦੇ ਕੇ ਤੋਤੀ ਦੀ ਹੱਟੀ ਤੋਂ ਨਾ ਜਾ ਖੰਡ ਲਿਆ। ਆ ਲੈ ਠੀਕ ਹੈ ਜਾ ਮੇਰਾ ਸ਼ੇਰ। ਕਿਵੇਂ ਮਿੰਟੂ ਭਾਈ ਹੁਣ ਸਮਾਨ ਲਿਆ? ਸਮਾਨ ਲਿਆ? ਉਹ ਯਾਰ ਮੈਂ ਸਾਰਿਆਂ ਤੇ ਜਾਇਆ, ਕਿੱਥੋਂ ਨਹੀਂ ਮਿਲਿਆ? ਤੂੰ ਸਲਾਮ ਮੰਗਿਆ ਨਹੀਂ ਹੋਣਾ ਕਿਸੇ ਤੋਂ। ਮੰਗਿਆ ਸੀ, ਮੈਨੂੰ ਨਹੀਂ ਪਤਾ। ਮੈਨੂੰ ਲੈ ਕੇ ਦੇ, ਮੇਰੀ ਜਾਨ ਨਿਕਲਦੀ ਜਾਂਦੀ ਹੈ, ਲਿਆ ਕੇ ਦੇ ਜਾ। ਤੂੰ ਜੋ ਸੜਿਆ ਤੂੰ ਲਿਆ ਕੇ ਦੇ। ਗੋਲੀਆਂ ਭੁੱਕੀ ਚੋਂ ਮਿਲਦਾ ਲਿਆ ਦੇ ਓਏ। ਮਰ ਗਿਆ। ਸਾਰੂ ਗਿਆ ਮੇਰਾ, ਮਰ ਜੂਗਾ ਮੈਂ। ਉਹ ਮੈਨੂੰ ਨਸ਼ਾ ਲਿਆ, ਮਰ ਗਿਆ ਮੈਂ। ਡਾਕਟਰ ਮਿਲ ਗਿਆ ਸੀ। ਚੰਗਾ ਭਾਬੀ ਕੁਛ ਤੇਰਾ ਪੁੱਤ ਖਾਂਦਾ ਉਹ ਤਾਂ ਹੈ ਨਹੀਂ। ਆਹ ਭੁੱਕੀ ਹੈ ਥੋੜ੍ਹੀ ਜੀ, ਇਹ ਤੂੰ ਲੈ। ਘਿਓ ਦੀ ਗੰਦੀ ਹਾਲਾਤ ਹੈ, ਮਾਂ ਨੂੰ ਨਸ਼ੇ ਮੰਗਣ ਲੱਗ ਪਈ। ਜ਼ਿੰਦਗੀ 'ਚ ਬਹੁਤ ਤੰਗੀਆਂ ਦੇਖੀਆਂ ਪੁੱਤ, ਪਰ ਤੇਰੀ ਮਾਂ ਕਿਸੇ ਦੇ ਘਰ ਦਾਲ ਦੀ ਕੌਲੀ ਨਹੀਂ ਮੰਗਣ ਗਈ, ਤੇ ਤੂੰ ਮੈਨੂੰ ਨਸ਼ੇ ਮੰਗਣ ਲੱਗਦਾ। ਮੈਂ ਤੂੰ ਕਿਉਂ ਘਰ ਨੂੰ ਪੱਟ ਲੱਗਿਆ? ਤੇਰੀਆਂ ਜੇਲ੍ਹਾਂ ਜ਼ਮੀਨਾਂ ਖਾ ਗਈਆਂ। ਮੈਂ ਮਰ ਜੂ ਤੇ ਦੇ ਮੌਤ ਦੇ ਮੂੰਹੋਂ ਨਿਕਲ ਕੇ ਆਇਆ ਤੂੰ।
ਤੁਝੇ ਵੀ ਬੰਦਾ ਨਹੀਂ ਬਣਦਾ। ਤੇਰੇ ਤੇਰੇ ਕੁਛ ਨਹੀਂ ਬਚਿਆ ਪੁੱਤ, ਮਾਂ ਬਚੀ ਆ, ਇਹਨੂੰ ਵੀ ਵੇਚ ਕੇ ਖਾ ਜੀ। ਕੋਈ ਵੀ ਲੜਾਈ ਮਰ ਕੇ ਨਹੀਂ ਜਿੱਤੀ ਜਾ ਸਕਦੀ। ਉਸ ਰਾਤ ਨਸ਼ੇ ਦੀ ਤੋੜ ਮੂਹਰੇ ਮੈਂ ਪਹਿਲੀ ਵਾਰ ਹੀ ਕਢਾਈ, ਵਾਰ ਤਕੜੇ ਸੀ ਪਰ ਚੜ ਗਿਆ। ਕਿਵੇਂ ਹੈ ਬੱਗੀ? ਮੈਂ ਤਾਂ ਠੀਕ ਹਾਂ ਬਾਈ। ਆ ਬਾਰੀ ਖੋਲ, ਅੱਜ ਸੂਰਜ ਹਾਲ ਪੁੱਛਣ ਆਇਆ, ਇਹਦੇ ਨਾਲ ਵੀ ਕਰੀਏ ਚਾਰ ਗੱਲਾਂ। ਕਿਵੇਂ ਆ? ਬੀਬੀ ਨੂੰ ਕਿਹਾ ਚਾਹ ਬਣਾਉਗੀ। ਵਧੀਆ ਜੀ, ਹੁਣੇ ਕਹਿਣਾ। ਨਾਲੇ ਜਾਂਦਾ ਜਾਂਦਾ ਉਹ ਕਿਤਾਬ ਫੜਾ ਦੀ। ਲੈ ਰਾਮ ਮੱਲੋ ਮੱਲੀ ਨਵੇਂ ਲੱਭ ਜਾਣਗੇ, ਉਹੀ ਕਿਹੜਾ ਪਾਰ ਕੇ ਤਾਂ ਵੇਖੋ, ਅੰਬਰਾਂ ਨੂੰ ਟਾਕੀ ਆਪ ਲੱਗ ਜੂ, ਗੁੱਡੀ ਕਿਹੜਾ ਝਾੜ ਕੇ ਤਾਂ ਵੇਖੋ, ਅੰਬਰਾਂ ਨੂੰ ਟਾਕੀ ਆਪ ਲੱਗ ਜੂ, ਗੁੱਡੀ ਕਿਹੜਾ ਝਾੜ ਕੇ ਤਾਂ ਵੇਖੋ, ਪੀੜਾਂ ਜ਼ਖਮਾਂ ਨਾ ਬਾਅਦ ਚ ਨਿਬੇੜਾਂਗੇ, ਇੱਕ ਵਾਰੀ ਕੰਡੀਆਂ ਨਾ ਠਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ, ਜ਼ਿੰਦਗੀ ਨੂੰ ਠਾ ਕੇ ਉੱਤੇ ਬਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ, ਜ਼ਿੰਦਗੀ ਨੂੰ ਠਾ ਕੇ ਉੱਤੇ ਬਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ। ਜਿੱਤ ਹਾਰ ਮਹਿਣਾ ਨੀ ਕੋ ਰੱਖਦੀ ਹੈ, ਟੁੱਟੀ ਕਿਹੜਾ ਵੇਖਣੀ ਜ਼ਰੂਰ ਆ,
ਮਾਰਾ ਕਿਸੇ ਦੀਆਂ ਮਾਰੀਆਂ ਨੀ ਖਾਣੀਆਂ ਮਚਾ ਕੇ ਆਪ ਸਿੱਕਣੀ ਜ਼ਰੂਰ ਆ ਜਿੱਤ ਹਾਰ ਮਹਿਣਾ ਨੀ ਕੋ ਰੱਖਦੀ ਆ ਟੁੱਟੀ ਕਿਹੜਾ ਵੇਖਣੀ ਜ਼ਰੂਰ ਆ ਕਿਸੇ ਦੀਆਂ ਮਾਰਾਂ ਨੀ ਉਹ ਖਾਣੀਆਂ ਮਚਾ ਕੇ ਆਪ ਸਿੱਕਣੀ ਜ਼ਰੂਰ ਆ ਲੁੱਕ ਲੁੱਕ ਕੇ ਬਣਾਉਣੀਆਂ ਨੀ ਨੀਤੀਆਂ ਪੰਗਾ ਸਿੱਧੇ ਮੱਥੇ ਘੇਰਾ ਲੈ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਠਾ ਕੇ ਉੱਤੇ ਬਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਠਾ ਕੇ ਉੱਤੇ ਬਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ ਜਦੋਂ ਹੱਥ ਪਾ ਲਿਆ ਉਹ ਮੂਹਰੇ ਲੱਗੀ ਫਿਰੂ ਤਕਦੀਰ ਬਈ ਉਹ ਜੰਗ ਔਖੀ ਨੀ ਜਹਾਨ ਤੇ ਕੋ ਜਿੱਤਣੀ ਹਲੂਣਾ ਦਿੰਦੀ ਰਹੇ ਜੇ ਜ਼ਮੀਰ ਬਈ ਸਿੱਧੀ ਨੀਤ ਨਾਲ ਜਦੋਂ ਹੱਥ ਪਾ ਲਿਆ ਉਹ ਮੂਹਰੇ ਲੱਗੀ ਫਿਰੂ ਤਕਦੀਰ ਬਈ ਔਖੀ ਨੀ ਜਹਾਨ ਤੇ ਕੋ ਜਿੱਤਣੀ ਹਲੂਣਾ ਦਿੰਦੀ ਰਹੇ ਜੇ ਜ਼ਮੀਰ ਬਈ ਆਉਂਦੀ ਜਿੱਤਾਂ ਪਿੱਛੋਂ ਜਿਹੜੀ ਚੰਡਾ ਗੱਡ ਕੇ ਘੇਰਾ ਉਹ ਨੀਂਦੀ ਅਸੀਂ ਪੈ ਕੇ ਦੇਖਣਾ ਆਪਾਂ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਠਾ ਕੇ ਉੱਤੇ ਬਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਠਾ ਕੇ ਉੱਤੇ ਬਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ ਉਹ ਲਾ ਕੇ ਆਲਸਾਂ ਦੇ ਸਿੱਟਣੇ ਆ ਬਸਤੇ ਉੱਚੀਆਂ ਚੜਾਈਆਂ ਤੋਂ ਨੀ ਡਰੀਦਾ ਜਿੱਥੇ ਦੁਨੀਆ ਦਾ ਸਾਡੇ ਬਿਨਾ ਸਰੇ ਨਾ ਉਹ ਲੈਬ ਦੇ ਤੋਂ ਥੱਲੇ ਨਹੀਂ ਉਹ ਖੜੀਦਾ ਜ਼ਿੰਦਗੀ ਨੂੰ ਠਾ ਕੇ ਉੱਤੇ ਬਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ ਬੀਬੀ ਬੈਠ ਇੱਥੇ ਇੱਕ ਚੀਜ਼ ਦਿਖਾਉਣਾ ਤੈਨੂੰ ਵੇ ਕੀ ਹੈ ਆ ਦੇਖ ਕਵਿਤਾ ਛਪੀ ਹੈ ਮੇਰੀ ਆ ਥੱਲੇ ਮੇਰਾ ਨਾਂ ਚੰਗੀ ਲੀਹੇ ਪੈ ਗਿਆ ਪੁੱਤ ਇਹਦੀ ਬਹੁਤ ਖੁਸ਼ੀ ਹੈ ਮੈਨੂੰ ਪਰ ਅੱਖਰਾਂ ਨੇ ਪੁੱਤ ਢਿੱਡ ਨਹੀਂ ਭਰਨਾ ਕੋਈ ਕੰਮ ਧੰਦਾ ਲੱਭ ਲੈ ਰੋਟੀ ਟੁੱਕ ਜੋਗਾ ਹੋ ਜਾਏਗਾ ਰੋਟੀ ਟੁੱਕ ਜੋਗਾ ਤਾਂ ਹੋ ਗਿਆ ਤੇਰਾ ਪੁੱਤ ਅਖਬਾਰ ਵਾਲਿਆਂ ਦਾ ਫੋਨ ਆਇਆ ਕਹਿੰਦੇ ਸਾਡਾ ਪੱਤਰਕਾਰ ਬਣ ਜਾ ਤਨਖਾਹ ਵੀ ਮਿਲਿਆ ਕਰੂ ਸੱਚੀ ਹਾਂ ਆਹ ਤਾਂ ਚੰਗੀ ਗੱਲ ਹੈ ਪੁੱਤ ਬੀਬੀ ਪਰ ਉਹ ਕਹਿੰਦੇ ਬਈ ਪਹਿਲਾਂ 15,000 ਰੁਪਇਆ ਭਰੋ ਸਿਕਿਉਰਿਟੀ ਵਾਸਤੇ 15,000 ਤੈਨੂੰ ਤਾਂ ਪਤਾ ਮਿੰਟੂ ਬਈ ਇੰਨੇ ਪੈਸੇ ਆਪਣੇ ਕੋਲ ਕਿੱਥੇ ਨੇ ਤੂੰ ਛੱਡ ਇਹਨੂੰ ਹੋਰ ਕੋਈ ਕੰਮ ਲੱਭ ਲੈ ਪੁੱਤ ਬਥੇਰੇ ਕੰਮ ਨੇ ਤੂੰ ਨੌਕਰੀ ਤੇ ਲੱਗ ਜਾਏਗਾ ਨਾ ਇਹੋ ਜਿਹੀਆਂ ਬਥੇਰੀਆਂ ਬਣ ਜਾਣਗੀਆਂ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਸੁਹੀ ਸਵੇਰ ਅਖਬਾਰ ਦਾ ਪੱਤਰਕਾਰ ਹਾਂ ਮੈਂ ਨਸ਼ਾ ਤਸਕਰੀ ਦੇ ਮਾਮਲੇ 'ਚ ਕੁਝ ਸਵਾਲ ਕਰਨੇ ਸੀ ਤੁਹਾਨੂੰ ਮੈਨੂੰ ਲੱਗਦਾ ਤੂੰ ਭੱਠੇ 'ਤੇ ਲੱਗਿਆ ਰਾਏ ਸਾਹਿਬ ਇਹ ਭੰਡਾਰੀ ਵੀ ਕੁੱਤੇ ਦਾ ਹੱਡ ਹੀ ਆ ਜੇ ਵੱਕਰਾ ਝਟਕਾਉਣਾ ਹੀ ਹੁੰਦਾ ਘੱਟੋ ਘੱਟ ਸਾਫ ਸੁਥਰਾ ਝਟਕਾਇਆ ਕਰੇ ਇਹਨੂੰ ਦੇਖ ਲਓ ਪੱਤਰਕਾਰ ਘੱਟ ਦਿਹਾੜੀਆ ਵੱਧ ਲੱਗਦਾ ਸਰ ਤੁਸੀਂ ਮੇਰੇ ਹੁਲੀਏ ਦਾ ਖਿਆਲ ਛੱਡੋ ਆਹ ਮਲੋਟ ਵਾਲੀ ਸੁਨੀਤਾ ਜਿਹੜੀ ਸ਼ਰਿਆਂ ਨਸ਼ਾ ਵੇਚਦੀ ਹੈ ਪੁਲਿਸ ਉਸ 'ਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਕੀ ਸਬੂਤ ਆ ਤੇਰੇ ਕੋਲ ਕਿਉਂਕਿ ਸਰ ਮੈਂ ਆਪ ਉਸ ਦੁਨੀਆਂ 'ਚੋਂ ਨਿਕਲ ਕੇ ਆਇਆ ਅਤੇ ਮੈਂ ਤੁਹਾਨੂੰ ਅਕਸਰ ਉੱਥੇ ਆਉਂਦੇ ਜਾਂਦੇ ਦੇਖਿਆ ਉਹ ਕਾਕਾ ਜੀ ਪਹਿਲਾਂ ਪੱਤਰਕਾਰੀ ਸਿੱਖ ਕੇ ਆਓ ਕਿਵੇਂ ਸੀਨੀਅਰ ਅਫਸਰਾਂ ਨਾਲ ਗੱਲ ਕਰਨੀ ਹੈ ਤੁਹਾਨੂੰ ਤਮੀਜ਼ ਨਹੀਂ ਹੈ ਚਲਵਾਰ ਆਇਆ ਵੱਡਾ ਪੱਤਰਕਾਰ ਜੀਤ ਕੱਢ ਬਾਹਰ ਸਾਲੇ ਨੂੰ ਪਰਚਾ ਦੇ ਕੇ ਅੰਦਰ ਕਰ ਦੂੰ ਵਾਹ ਜੀ ਗੁਰਸਰੀਆ ਸਾਹਿਬ ਤੁਹਾਡੀ ਖਬਰ ਦਾ ਅਸਰ ਤਾਂ ਦੇਖੋ ਐਸ ਐਚ ਓ ਸ਼ਰਮਾ ਸਸਪੈਂਡ ਕਰਾਤਾ ਅਤੇ ਹੁਣ ਵੇਖਿਓ ਆਪਣੀ ਅਖਬਾਰ ਦਾ ਸਰਕੂਲੇਸ਼ਨ ਕਿਵੇਂ ਵੱਧਦਾ ਸਰ ਇਹ ਤਾਂ ਮੈਂ ਸ਼ੁਰੂਆਤ ਹੈ ਮੈਂ ਤਾਂ ਨਸ਼ਿਆਂ ਦੀ ਅਸਲੀ ਜੜ ਨੂੰ ਵੱਢਣਾ ਕੀ ਮਤਲਬ ਇਸ਼ਾਰਾ ਕਿਹਦੇ ਵੱਲ ਹੈ ਵਿਕਰਮ ਸਿੰਘ ਬਾਜਵਾ
ਮੰਤਰੀ ਜੀ, ਤੁਹਾਡੇ ਤੇ ਜੋ ਆਰੋਪ ਲੱਗੇ ਨੇ ਉਸ ਬਾਰੇ ਕੀ ਕਹਿਣਾ ਚਾਹੋਗੇ? ਜੀ, ਨਿਆਂਪਾਲਿਕਾ ਤੇ ਪੂਰਾ ਭਰੋਸਾ, ਇਨਸਾਫ ਹੋਊਗਾ, ਫਿਕਰ ਨਾ ਕਰੋ। ਸਿਆਸਤ 'ਚ ਇਹ ਸਭ ਚੱਲਦਾ ਹੈ, ਓਪੋਜੀਸ਼ਨ ਦਾ ਕੰਮ ਹੁੰਦਾ ਆਰੋਪ ਲਾਉਣਾ। ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਜੀ। ਪੱਤਰਕਾਰ ਸਾਹਿਬ, ਕਿੱਦਾਂ? ਆਪਣੀ ਨਾ ਇਮਾਨਦਾਰੀ ਨੂੰ ਬੜਾ ਕਾਬੂ 'ਚ ਰੱਖਣਾ, ਜਿੱਦਾਂ ਕਿਹਾ ਨਾ ਉੱਦਾਂ ਕਰ ਲਿਓ। ਬਾਕੀ ਨਾ ਪਰਿਵਾਰ ਬਹੁਤ ਪਿਆਰਾ ਤੇਰਾ। ਯੋਰ ਆਨਰ, ਇਹ ਗੱਲ ਮੈਂ ਇਹਨਾਂ ਵਾਂਗੂ ਬਿਨਾਂ ਸਬੂਤ ਨਹੀਂ ਕਰ ਰਿਹਾ। ਇਹ ਰਿਹਾ ਸਬੂਤ। ਜੱਜ ਸਾਹਿਬ, ਇਸ ਫਾਈਲ 'ਚ ਜਨਾਬ ਪੱਤਰਕਾਰ ਸਾਹਿਬ ਬਾਰੇ ਉਹ ਸਾਰੀਆਂ ਖਬਰਾਂ ਲੱਗੀਆਂ ਨੇ ਜੋ ਇਹ ਸਾਬਤ ਕਰਦੀਆਂ ਨੇ ਕਿ ਇਹ ਕਿੰਨਾ ਗੁੰਡਾ ਤੇ ਬਦਮਾਸ਼ ਹੈ। ਇਹਦੇ ਤੇ ਲੁੱਟ ਖੋਹ ਤੇ ਇਰਾਦਾ ਕਤਲ ਦੇ ਪਤਾ ਨਹੀਂ ਕਿੰਨੇ ਹੀ ਕੇਸ ਦਰਜ ਨੇ, ਤੇ ਜੇਲ੍ਹ ਦੀ ਤਾਂ ਜਨਾਬ ਕਈ ਵਾਰੀ ਯਾਤਰਾ ਕਰ ਚੁੱਕੇ ਨੇ। ਇਹ ਬੰਦਾ ਮੇਰੇ ਮੋਕਲ ਤੇ, ਜੋ ਇੱਕ ਸਮਾਜ ਸੇਵੀ ਨੇ, ਜੋ ਸੂਬੇ 'ਚ 5 ਨਸ਼ਾ ਛੁਡਾਊ ਕੇਂਦਰ ਚਲਾ ਰਹੇ ਨੇ, ਉਹਨਾਂ ਤੇ ਬਿਨਾਂ ਕਿਸੇ ਸਬੂਤ ਦੇ ਡਰੱਗ ਸਮਗਲਰ ਹੋਣ ਦਾ ਇਲਜ਼ਾਮ ਲਗਾ ਰਿਹਾ। ਕਿ ਮਾਨਯੋਗ ਅਦਾਲਤ ਕਿਸੇ ਅਜਿਹੇ ਬੰਦੇ ਦਾ ਯਕੀਨ ਕਰੂਗੀ ਜੋ ਖੁਦ ਕ੍ਰਿਮੀਨਲ ਤੇ ਨਸ਼ੇੜੀ ਹੈ? ਮੇਰਾ ਖਿਆਲ ਹੈ ਐਡਵੋਕੇਟ ਵਰਮਾ ਵੀ ਇਸ ਗੱਲ ਨਾਲ ਸਹਿਮਤ ਹੋਣਗੇ। ਯੋਰ ਆਨਰ, ਮੈਂ ਆਪਣੇ ਕਾਬਲ ਦੋਸਤ ਵੱਲੋਂ ਮੇਰੇ ਮੁਵੱਕਿਲ ਤੇ ਲਾਏ ਔਰ ਇਲਜ਼ਾਮ ਨਾਲ ਸਹਿਮਤ ਹਾਂ। ਦੈਟਸ ਆਲ। ਆਰਡਰ, ਆਰਡਰ। ਕਰਸਰੀਆ ਸਾਹਿਬ, ਕੀ ਤੁਸੀਂ ਸਹਿਮਤ ਹੋ? ਜੱਜ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਕੁਝ ਬੋਲ ਸਕਦਾ? ਪ੍ਰੋਸੀਡ। ਸ਼ੁਕਰੀਆ ਸਰ। ਵਕੀਲ ਸਾਹਿਬ ਨੇ ਮੈਨੂੰ ਗੁੰਡਾ, ਬਦਮਾਸ਼ ਜੋ ਵੀ ਕਿਹਾ ਸਭ ਸੱਚ ਹੈ, ਮੈਂ ਕਿਸੇ ਗੱਲ ਤੋਂ ਮੁਨਕਰ ਨਹੀਂ ਹੁੰਦਾ। ਪਰ ਉਹ ਮੇਰਾ ਬੀਤਿਆ ਹੋਇਆ ਕੱਲ੍ਹ ਸੀ, ਜਦੋਂ ਮੈਂ ਨਸ਼ੇ ਅਤੇ ਗੁਨਾਹਾਂ ਦੀ ਦੁਨੀਆ 'ਚੋਂ ਬਾਹਰ ਆਇਆ ਤਾਂ ਮੈਂ ਸਹੁੰ ਖਾਧੀ ਕਿ ਮੈਂ ਆਪ ਤਾਂ ਇਸ ਦਲਦਲ 'ਚੋਂ ਬਾਹਰ ਨਿਕਲ ਆਇਆ, ਪਰ ਕਿਸੇ ਹੋਰ ਮਾਂ ਦੇ ਪੁੱਤ ਨੂੰ ਇਸ 'ਚ ਫਸ ਕੇ ਮਰ ਨਹੀਂ ਦੇਣਾ। ਜੱਜ ਸਾਹਿਬ, ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ ਕਈ ਲੀਡਰਾਂ ਅਤੇ ਅਫਸਰਾਂ ਨਾਲ ਸਿੱਧੇ ਮੱਥੇ ਟੱਕਰ ਲਈ। ਮੇਰੀਆਂ ਰਿਪੋਰਟਾਂ ਦੇ ਆਧਾਰ 'ਤੇ ਕਈ ਅਫਸਰ ਸਸਪੈਂਡ ਵੀ ਹੋਏ, ਪਰ ਮੇਰਾ ਅਸਲੀ ਮਕਸਦ ਨਸ਼ੇ ਦੀ ਸਪਲਾਈ ਲਾਈਨ ਨੂੰ ਕੱਟਣਾ ਸੀ, ਅਤੇ ਉਹ ਸਪਲਾਈ ਲਾਈਨ ਵਿਕਰਮ ਸਿੰਘ ਬਾਜਵਾ ਹੈ। ਆਰਡਰ, ਆਰਡਰ। ਯੋਰ ਆਨਰ, ਅਦਾਲਤ ਨੂੰ ਮੇਰੇ ਮੁਵੱਕਿਲ ਦੀ ਗਲਤੀ ਯਕੀਨ ਕਰਨਾ ਚਾਹੀਦਾ, ਕਿਉਂਕਿ ਇਹ ਨੌਜਵਾਨ ਆਪ ਉਸ ਭੈੜੀ ਦੁਨੀਆ ਦਾ ਵਾਸ਼ਿੰਦਾ ਰਹਿ ਚੁੱਕਿਆ ਜਿਹਨੂੰ ਬਾਜਵਾ ਸਾਹਿਬ ਵਰਗੇ ਲੀਡਰ ਆਪਣੇ ਸਵਾਰਥ ਲਈ ਨੌਜਵਾਨਾਂ ਦੀ ਬਲੀ ਦੇ ਕੇ ਜਾਂਦਾ ਰੱਖਦੇ ਨੇ। ਅਸੀਂ ਪਹਿਲਾਂ ਵੀ ਮਾਣਯੋਗ ਅਦਾਲਤ ਕੋਲ ਕਾਫੀ ਠੋਸ ਸਬੂਤ ਪੇਸ਼ ਕਰ ਚੁੱਕੇ ਹਾਂ, ਪਰ ਹੁਣ ਜਿਹੜੇ ਸਬੂਤ ਅਸੀਂ ਪੇਸ਼ ਕਰ ਰਹੇ ਹਾਂ ਉਹ ਮੰਤਰੀ ਸਾਹਿਬ ਤੇ ਨਸ਼ਿਆਂ ਦੇ ਵਪਾਰੀ ਹੋਣ ਤੇ ਪੱਕੀ ਬੋਰ ਲਾਉਂਦੇ ਨੇ। ਆ ਰਹੇ ਹੋ ਸਬੂਤ? ਹੁਣ ਤੱਕ ਅਦਾਲਤ ਜਿੰਨੀਆਂ ਵੀ ਸੁਣਵਾਈਆਂ ਹੋਈਆਂ ਨੇ ਉਹਨਾਂ 'ਚ ਪੇਸ਼ ਕੀਤੇ ਗਏ ਤਮਾਮ ਸਬੂਤਾਂ ਤੇ ਗਵਾਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਅਦਾਲਤ ਵਿਕਰਮ ਸਿੰਘ ਬਾਜਵਾ ਨੂੰ ਦੋਸ਼ੀ ਕਰਾਰ ਦਿੰਦੀ ਹੈ ਤੇ ਇਸ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਸੁਣਾਉਂਦੀ ਹੈ। ਸਜ਼ਾ ਦਾ ਐਲਾਨ ਆਉਣ ਵਾਲੀ 7 ਤਰੀਕ ਨੂੰ ਕੀਤਾ ਜਾਵੇਗਾ, ਤਦ ਤੱਕ ਇਸ ਨੂੰ ਨਿਆਇਕ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੰਦੀ ਹੈ। ਕੋਰਟ ਇਜ਼ ਅਡਜਰਨਡ।
ਬੀਬੀ ਬੀਬੀ ਮਨਦੀਪ ਸ਼ਾਬਾਸ਼ ਅੰਕਲ ਕਹਿੰਦੇ ਜ਼ਿੰਦਗੀ ਜ਼ਿੰਦਾਬਾਦ। ਰੱਖ ਮੋਢਿਆਂ ਤੇ ਹੌਸਲੇ ਦਾ ਬਸਤਾ, ਦਈਏ ਪੜਨੇ ਮੁਸੀਬਤਾਂ ਨੂੰ ਪਾ, ਚਾਹੇ ਸੂਲਾਂ ਉੱਤੇ ਚੱਲ ਪੈਰ ਹੋ ਜਾਣ ਜ਼ਖਮੀ, ਤਾਂ ਵੀ ਲੱਭ ਲਈਏ ਜ਼ਿੰਦਗੀ ਦੇ ਰਾਹ, ਤਾਂ ਵੀ ਲੱਭ ਲਈਏ ਜ਼ਿੰਦਗੀ ਦੇ ਰਾਹ। ਕੁਝ ਇਹੋ ਜਿਹੇ ਹੀ ਰਾਹਾਂ ਦਾ ਰਾਹਗੀਰ ਹੈ ਮਿੰਟੂ ਗੁਰਸਰੀਆ, ਜਿਨਨੇ ਆਪਣੇ ਰਾਹ 'ਚ ਪਿੱਛਿਆਂ ਨਸ਼ਿਆਂ ਰੂਪੀ ਸੂਲਾਂ ਨੂੰ ਫੇਕੇ ਜ਼ਿੰਦਗੀ ਨੂੰ ਜ਼ਿੰਦਾਬਾਦ ਕੀਤਾ ਹੈ। ਮਿੰਟੂ ਗੁਰਸਰੀਆ ਅੱਜ ਇੱਕ ਸਫਲ ਪੱਤਰਕਾਰ, ਕਾਲਮ ਨਫੀਜ਼ ਤੇ ਰੇਡੀਓ ਅਨਾਉਂਸਰ ਹੈ। ਪੱਤਰਕਾਰੀ ਦੀ ਦੁਨੀਆ 'ਚ ਉਹਦਾ ਖੂਬ ਨਾਮ ਹੈ ਤੇ ਕਿਸੇ ਵੇਲੇ ਦਾ ਬਦਨਾਮ ਨਸ਼ੇੜੀ ਅੱਜ ਲੋਕਾਂ ਲਈ ਇੱਕ ਮਾਰਗਦਰਸ਼ਕ ਹੈ। ਕਦੇ ਜਿਸ ਪੁੱਤਰ ਦੀਆਂ ਭੈੜੀਆਂ ਆਦਤਾਂ ਕਾਰਨ ਮਾਂ ਦਾ ਘਰ ਉਜਾੜ ਬਣ ਗਿਆ ਸੀ, ਅੱਜ ਉਸੇ ਪੁੱਤਰ ਨੇ ਸਪੁੱਤਰ ਬਣ ਕੇ ਖੁਸ਼ੀਆਂ ਨਾਲ ਆਬਾਦ ਕਰ ਦਿੱਤਾ ਹੈ। ਜਿਸ ਘਰ 'ਚ ਕਦੇ ਸਿਰਫ ਤੇ ਸਿਰਫ ਉਦਾਸੀ ਤੇ ਦੁੱਖ ਛਾਏ ਰਹਿੰਦੇ ਸਨ, ਅੱਜ ਉੱਥੇ ਖੁਸ਼ੀਆਂ ਤੇ ਹਾਸਿਆਂ ਦੇ ਬੀਜ ਪੁੰਗਰਦੇ ਨੇ। ਮਿੰਟੂ ਗੁਰਸਰੀਆ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਆ ਕੇ ਖੁਦਗਰਜ ਨਹੀਂ ਹੋਇਆ, ਸਗੋਂ ਉਸਨੇ ਆਪਣੇ ਵਾਂਗ ਇਸ ਦਲਦਲ 'ਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਦਾ ਜਿੰਮਾ ਚੁੱਕਿਆ ਹੋਇਆ ਹੈ। ਉਹ ਪਿੰਡ ਪਿੰਡ ਜਾ ਕੇ ਜ਼ਿੰਦਗੀ ਜ਼ਿੰਦਾਬਾਦ ਦਾ ਹੋਕਾ ਦੇ ਰਿਹਾ ਹੈ ਤੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਪ੍ਰੇਰਿਤ ਕਰ ਰਿਹਾ ਹੈ। ਉਹ ਸਮਾਜ ਨੂੰ ਵੀ ਇੱਕ ਸੰਦੇਸ਼ ਦੇ ਰਿਹਾ ਹੈ ਕਿ ਨਸ਼ਿਆਂ ਕਰਨ ਵਾਲਿਆਂ ਨੂੰ ਨਫ਼ਰਤ ਨਾ ਕਰੋ, ਸਗੋਂ ਉਹਨਾਂ ਨੂੰ ਪਿਆਰ ਤੇ ਸਤਿਕਾਰ ਦਿਓ, ਕਿਉਂਕਿ ਨਸ਼ੇ ਦੀ ਤੋੜ ਨੂੰ ਪਿਆਰ ਤੇ ਸਤਿਕਾਰ ਦੇ ਭਾਵ ਨਾਲ ਖਤਮ ਕੀਤਾ ਜਾ ਸਕਦਾ ਹੈ। ਮਿੰਟੂ ਦੀ ਜ਼ਿੰਦਗੀ ਤੇ ਹਾਸਲ ਕੀਤੀ ਜਿੱਤ ਸਾਨੂੰ ਇਹ ਸਿਖਾਉਂਦੀ ਹੈ ਕਿ ਪਰਿਸਥਿਤੀਆਂ ਜੋ ਵੀ ਹੋਣ ਤੇ ਜ਼ਿੰਦਗੀ ਭਾਵੇਂ ਕਿੰਨੀ ਮਰਜ਼ੀ ਖਿੰਡ ਚੁੱਕੀ ਹੋਵੇ, ਪਰ ਉਸ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਤੇ ਖੇਰੂ ਖੇਰੂ ਹੋਈਆਂ ਖੁਸ਼ੀਆਂ ਨੂੰ ਹੌਸਲੇ ਤੇ ਜਿੱਤ ਦੇ ਜਜ਼ਬੇ ਨਾਲ ਸਮੋਇਆ